ਰੋਕਿਓ ਜੀ ਰੋਕਿਓ। ਆ ਮੈਂ ਤੈਨੂੰ ਕਹਿੰਦੀ ਸੀ ਜੀ, ਸਾਡੀ ਨਾ ਰਾਤ ਮੈਂ ਸੂਈ ਸੀ। ਮੈਂ ਸੂਈ ਆ? ਉਹ ਮੇਰੇ ਸਕਰ ਪਾ ਰਿਹਾ ਤੂੰ, ਐਂ ਦੱਸ ਗੁੜਗੜ ਚਾਰ ਤੱਕ ਨਾ, ਨਾਲੇ ਉਹਦੇ ਨੌ ਜੇ ਛਿੱਲ ਦਿੰਦੀ ਮਾੜਾ ਜਿਹਾ ਕਟਰੂ ਦੇ, ਨਾਲੇ ਮੇਰੀ ਗੱਲ ਸੁਣ, ਕਈ ਵਾਰੀ ਪੂਛ ਵੱਡੀ ਹੁੰਦੀ ਆ, ਥੋੜ੍ਹੇ ਜਿਹੇ ਵਾਲ ਲਾ ਦੇ, ਨਜ਼ਰ ਨਹੀਂ ਲੱਗਦੀ। ਨਹੀਂ ਕੀ ਦਿੱਤਾ ਨੀ ਮੈਂ ਸਨੇ ਬੇ, ਕੱਟੀ ਦਿੱਤੀ ਆ, ਨਾਲੇ ਆਪ ਹੀ ਬੋਲੀ ਜਾਣਾ ਰੁੜ ਜਾਣਾ, ਮੇਰੀ ਤਾਂ ਸੁਣ ਲਾ ਪਹਿਲਾਂ। ਹਾਂ ਮੈਨੂੰ ਤਾਂ ਖੁਸ਼ੀ ਇੰਨੀ ਹੋ ਗਈ, ਦੁੱਧ ਹੋ ਗਿਆ ਆਪਣੇ ਘਰੇ। ਉਹ ਤਾਂ ਠੀਕ ਆ, ਚੱਲ ਸਾਰਾ ਕੁਛ ਕਰਤਾ, ਤੂੰ ਨੀਰੇ ਦੀ ਥੱਬੀ ਦੇ ਜਾ, ਦੇ ਕੇ ਜਾਣੀ ਆ। ਬਸ ਬਹੁਤ ਇੰਨਾ, ਇਹ ਵੀ ਤੂੰ ਬਾਲਾ ਹੀ ਲਾਤਾ। ਮੇਰੀ ਗੱਲ ਸੁਣਾ, ਦੋ ਤਿੰਨ ਗੇੜੇ ਲਾ ਦਿੰਦਾ ਮੈਂ, ਵਾਧੂ ਖੜਿਆ ਆਪਣੇ ਤਾਂ ਐ ਕਰਾਂਗੇ, ਤੂੰ ਕੁੱਟ ਕੁੱਟ ਕੇ ਢੇਰ ਲਾ ਦੇ। ਮੈਂ ਕਿਤੇ ਆਉਂਦਾ ਜਾਂਦਾ ਨਾ ਟਰੈਕਟਰ ਲਿਆ ਕੇ ਲਾ ਤੜ ਜੂਗਾ, ਮੇਰੇ ਸਾਲੇ ਦਾ ਚਾਰ ਪੈ ਜੂਗਾ ਪਾਈ ਜਾਈ ਸਾਲ ਚ। ਕੁੱਟ ਤਾਂ ਮੈਂ ਆਪੇ ਲਊਂਗੀ, ਮੋਟਰ ਵਾਲੀ ਮਸ਼ੀਨ ਲੱਗੀ ਹੋਈ ਆ। ਫਿਰ ਮੈਂ ਐਂ ਕਹਿਣਾ ਮੈਨੂੰ ਪੰਜ ਸੱਤ ਗੇੜੇ ਲਾ ਦੇਣ ਦੇ। ਨਹੀਂ ਮੇਰੀ ਗੱਲ ਸੁਣੋ, ਗਊਸ਼ਾਲਾ ਵੀ ਮੇਰੇ ਸਿਰ ਤੋਂ ਹੀ ਚੱਲਦੀ ਆ, ਆਪਣੇ ਹਰਾ ਹਰਾ ਦਾ ਆਪਣੇ ਉਹ ਗੁੰਜੇ ਚੋ ਗੁੰਜੇ ਚ ਨਾ ਇੰਨਾ ਪਾ ਕੇ ਮੈਂ ਇਸ ਨੂੰ ਮੋਕ ਲਾਉਣੀ ਆ, ਤਾਜ਼ੀ ਤਾਂ ਸੂਈ ਆ ਉਹ, ਥੋੜ੍ਹਾ ਜਿਹਾ ਬਹੁਤ ਆ। ਲੈ ਗਲਾਸ, ਮੈਂ ਦੋ ਥੈਲੇ ਉਹਦੇ ਲੇਟੀ ਦੇ ਲਿਆਵਾਂ। ਬਸ ਬਸ ਕੀ ਕਰਨ, ਨਾਲੇ ਮੇਰੀ ਗੱਲ ਸੁਣ, ਤੂੰ ਆ ਤੇਰੇ ਘਰ ਵਾਲੀ ਨੇ ਇੱਧਰ ਹੀ ਗਈ ਹੋਈ ਆ, ਜੇ ਕਿਤੇ ਆ ਗਈ ਨਾ ਤੇਰੀ ਇਹੋ ਜਿਹੀ ਲੇਟੀ ਦਲੂਗੀ, ਯਾਦ ਰੱਖੇਗਾ, ਨਾਲੇ ਮੇਰੇ ਜੁੰਡੇ ਪਟਾਏਗਾ, ਨਾਲੇ ਤੇਰੇ ਲਾਊਗੀ ਛਿੱਤਰ। ਕੰਚਰ ਦੀਦੀ ਕਿੱਥੋਂ ਯਾਦ ਕਰਾਤੀ, ਤੇ ਮਸਾ ਤਾਂ ਤੈਨੂੰ ਦੇਖ ਕੇ ਮੈਂ ਉਹਨੂੰ ਭੁੱਲਦਾ ਹੁੰਦਾ ਹੈ। ਕਿੱਥੇ ਤੂੰ ਜੀ ਕਹਿਣੀ ਹੈ, ਜੀ ਰੋਕ ਲਓ ਟਰੈਕਟਰ, ਜਦੋਂ ਤੈਂ ਜੀ ਰੋਕ ਲਓ ਟਰੈਕਟਰ ਕਿਹਾ ਨਾ, ਮੇਰੇ ਸਾਲੇ ਦੇ ਬ੍ਰੇਕ ਤਾਂ ਐਂ ਚਿੱਪ ਗਏ, ਲੈਦਰ ਫਿੱਟ ਦੇ ਫਿੱਟ ਹੋ ਗਏ, ਪੀਟੀਓ ਸਾਫਟ ਉਹਦੀ ਘੁੰਮਣੋਂ ਹਟ ਗਈ, ਗੇਅਰ ਬਕਸ ਉਹਦੀ ਕੰਮ ਛੱਡ ਗਿਆ ਤੇਰੇ ਜੀ ਕਹਿਣ ਸਰ। ਇੱਕ ਮੇਰੇ ਸਾਲੇ ਦੀ ਉਹ ਸਾਰਾ ਦਿਨ ਐਂ ਨਹੀਂ ਕਰਦਾ, ਤੂੰ ਐਂ ਨਹੀਂ ਕਰਦਾ, ਤੂੰ ਉੱਥੇ ਨਹੀਂ ਜਾਂਦਾ, ਤੂੰ ਉੱਥੇ ਨਾ ਖੜਾ ਕਰ, ਤੂੰ ਟੀਵੀ ਕਨੀ ਦੇਖਦਾ ਦੀ, ਤੂੰ ਤੁਰ ਫਿੱਟੇ ਮੂੰਹ ਤੇਰੇ, ਤੂੰ ਜੀ ਕਹਿ ਦੇ ਕੌਣ ਹੈਂ। ਮੇਰੀ ਗੱਲ ਸੁਣੋ, ਦੇਖੀ ਜਾਊ ਲੰਘੀ ਹੋਈ ਆ, ਲੰਘੀ ਹੋਈ ਆ, ਮੈਂ ਕਿਹਾ ਡਰਦਾ, ਮੈਂ ਮੇਰੇ ਸਾਲੀ ਨੂੰ ਕੁੱਟ ਕੇ ਪੀਪੇ 'ਚ ਪਾ ਦੂੰਗਾ ਮੈਂ ਸੱਕਰਾ, ਵੀ ਆਪਾਂ ਨਹੀਂ ਡਰਦੇ, ਡੁੱਦ ਲੰਘੀ ਹੋਈ ਆ, ਲੰਘੀ ਹੋਈ ਆ। ਮੇਰੀ ਗੱਲ ਸੁਣ, ਮੈਂ ਤਾਂ ਉਹਦਾ ਹੁਣ ਹੁਣ ਮੈਂ ਕੀ ਕਰੂੰਗਾ, ਮੈਂ ਤਾਂ ਉਹਦਾ ਘਸਾੜੇ ਘਸਾੜ ਕੁੱਟੂਗਾ, ਜਿੱਦੇ ਨਾ ਹੁਣ ਫਸ ਗਈ ਮੈਨੂੰ ਉਹ। ਵੇ ਪਿੱਛੇ, ਮੇਰੀ ਗੱਲ ਸੁਣ, ਪਿੱਛੇ ਦਾ ਜਿਹੜਾ ਕੁਛ ਹੋਣਾ ਤੀ ਹੋ ਗਿਆ, ਮੇਰੀ ਗੱਲ ਸੁਣ, ਪਿੱਛੇ ਦਾ ਜਾਉਣਾ ਦੇਖ ਕੇ ਮਰ ਗਿਆ ਤੀ, ਮੈਨੂੰ ਆਪਦੇ ਦੁੱਖ ਫਰੋ ਲੈਣ ਦੇ, ਅੱਜ ਤੋਂ ਮੈਂ ਤੇਰਾ, ਮੈਨੂੰ ਰੋ ਲੈਣ ਦੇ, ਮੈਨੂੰ ਅੱਜ ਤੋਂ ਮੈਂ ਤੇਰਾ, ਮੈਨੂੰ ਰੱਖ ਲੈ, ਤੂੰ ਰੱਖਣ ਵਾਲੀ ਆ ਮੈਨੂੰ। ਇੱਥੇ ਕਰਦਾ ਤੂੰ, ਮੈਂ ਤੈਨੂੰ ਪੁੱਛਿਆ ਵੀ ਤੂੰ ਇੱਥੇ ਕੀ ਕਰਦਾ ਹੈ? ਟਰੈਕਟਰ ਖਰਾਬ ਹੋ ਗਿਆ ਆਪਣਾ, ਲੈਦਰ ਚਿਪ ਗਏ, ਪੀਟੀਓ ਸਾਫਟ ਘੁੰਮਣੋਂ ਹਟ ਗਈ, ਆ ਗੇਅਰ ਫਸ ਗਿਆ, ਫਿਰ ਮੈਂ ਸੋਚਿਆ ਵੀ ਇੱਥੇ ਦਰਵਾਜ਼ਾ ਇਹਨਾਂ ਦਾ ਠੰਡਾ ਹੈ, ਵੀ ਇੱਥੇ ਹਰਾ ਤਾਰ ਕੇ ਮੈਂ ਫਿਰ ਟਰੈਕਟਰ ਸਮਰਾ ਕੇ। ਬਹੁਤੀਆਂ ਗੱਲਾਂ ਨਾ ਕਰ, ਠੀਕ ਆ ਨਾ, ਮਾਰੇ ਨਾ ਘਸਾੜ ਤੇ ਦੋ ਮੁੱਕੇ, ਤੇਰੀਆਂ ਹੱਥ ਬੈਲਟਾਂ ਬੁਲਟਾਂ ਤਾਂ ਸਾਰੀਆਂ ਚੱਲ ਪੈਣਗੀਆਂ, ਤੂੰ ਹਟ ਜਾ, ਬਾਜ ਆ ਜਾ, ਤੂੰ ਮੈਂ ਤੈਨੂੰ ਆਖਿਆ ਆ ਪੱਠੇ ਕਮਲਾ ਹੈ ਇੱਥੇ। ਮੈਂ ਮੇਰੀ ਤਾਂ ਕਹਿ
ਇਹਨਾਂ ਦੀ ਮੈਂ ਸੂਈ ਹੈ ਹੁਣ ਆਪਾਂ ਕੁੱਤੀ ਵੀ ਸੂਦੀ ਹੁੰਦੀ ਆ ਜਦੋਂ ਕਿਤੇ ਆਪਾਂ ਉਹਨੂੰ ਵੀ ਕੜਾ ਕਰਕੇ ਪਾਇਆ ਹੁੰਦਾ ਅੱਜ ਜਵਾਕ ਹੋਇਆ ਮੈਂ ਇਸਦੇ ਤਾਂ ਫਿਰ ਹੱਕ ਤਾਂ ਬਣਦਾ ਦੀ ਟੋਕਰੀ ਟੋਕਰੀ ਕਹਿੰਦੀ ਵਿਚਾਰੀ ਦੇ ਜਾਵੇ ਨਹੀਂ ਚੱਲ ਟੋਕਰੀ ਤਾਂ ਇਹਨੇ ਕਿਹਾ ਤੇ ਆਹ ਟੋਕਰੀ ਆ ਟੋਕਰੀ ਆ ਦੱਸੀ ਮੈਨੂੰ ਪੱਟ ਕੇ ਲਿਆਉਣੇ ਸੌਖੇ ਪਏ ਨੇ ਇਹ ਟੋਕਰੀ ਆ ਦੱਸਦਾ ਮੈਨੂੰ ਕੁੰਕੂ ਕਰੀ ਜਾਂਦਾ ਫਿਰ ਇੱਥੇ ਬਾਕੀ ਮੈਂ ਉਹ ਟਰੈਕਟਰ ਖਰਾਬ ਕਰਕੇ ਸਾਰੇ ਤਾਰ ਤੇ ਵੀ ਲੈ ਫਿਰ ਲੈ ਜੂੰਗਾ ਮੈਂ ਨਹੀਂ ਟਰੈਕਟਰ ਖਰਾਬ ਸੀਗਾ ਤੈਨੂੰ ਇਹ ਤਾਰਨ ਦੀ ਕੀ ਲੋੜ ਸੀਗੀ ਤੂੰ ਟਰੈਕਟਰ ਕੋਲ ਟੋਚਨ ਪਾ ਕੇ ਲੈ ਜਾਂਦਾ ਮਾੜਾ ਮੋਟਾ ਕਿਤੇ ਹੈ ਵਰਕਸ਼ਾਪ ਤੇ ਤੂੰ ਠੀਕ ਕਰਵਾ ਲਿਆਉਂਦਾ ਜੇ ਇਹਨੇ ਟੋਕਰੀ ਮੰਗੀ ਸੀ ਟੋਕਰੀ ਦਿੰਦਾ ਤੂੰ ਸਾਰੇ ਲਾ ਕੇ ਰੱਖ ਤੇ ਇੱਥੇ ਨਾ ਮੇਰੀ ਗੱਲ ਸੁਣਨੀ ਤੈਨੂੰ ਮੇਰਾ ਹੀ ਬੰਦਾ ਮਿਲਿਆ ਸੀ ਖੜਾਉਣ ਵਾਸਤੇ ਨਹੀਂ ਪਿੰਡ 'ਚ ਬੰਦੇ ਮੁੱਕ ਗਏ ਬੰਦੇ ਮੁੱਕ ਕੇ ਦੱਸ ਦਿਓ ਮੈਨੂੰ ਨਾ ਕੀ ਬੰਦੇ ਬੰਦੇ ਲਾਈ ਹੈ ਤੂੰ ਇਹ ਵਾਨੀ ਨਾ ਮੁੰਡਾ ਦਾ ਨਹੀਂ ਅਵਾਨੀਆਂ ਦਾ ਯਾ ਅਵਾਨੀਆਂ ਦਾ ਯਾ ਤੁਹਾਡੇ ਲਈ ਤਾਂ ਹੀ ਤਾਂ ਪਤੰਦਰ ਨੂੰ ਖਸਮ ਨੂੰ ਰੋਕਦੀਆਂ ਫਿਰ ਕੱਲ ਪੰਗੇ ਲੈਣੀਆਂ ਤੇ ਤੁਸੀਂ ਨਾ ਬੋਲੋ ਜੀ ਮੈਂ ਹੈਂਡਲ ਕਰਦਾ ਮੈਨੂੰ ਪਤਾ ਵੀ ਕਿਵੇਂ ਨਾ ਤੂੰ ਕੀ ਹੈਂਡਲ ਕਰੇਗਾ ਵੇ ਕੀ ਹੈਂਡਲ ਕਰੇਗਾ ਤੂੰ ਮੈਂ ਤਾਂ ਇਹ ਕਹਿੰਦਾ ਸੀ ਵੀ ਇਹ ਕਿਹੜਾ ਖਰਾਬ ਹੁੰਦੇ ਨੇ ਲੈ ਜਾਵਾਂਗੇ ਨਾਲੇ ਤਾਂ ਸੇਵਾ ਦਾ ਮੌਕਾ ਇਹਨਾਂ ਨੇ ਦਿੱਤਾ ਸੀ ਮੈਂ ਸੇਵਾ ਦਾ ਮੌਕਾ ਮੈਂ ਦਿੱਤਾ ਵੀ ਚੱਲ ਮੈਂ ਇਸਦੇ ਹੋਇਆ ਮੁੰਡਾ ਹੋਇਆ ਅੱਛਾ ਬੱਲੇ ਚੱਲ ਤੂੰ ਐਂ ਕਰ ਤੂੰ ਸੇਵਾ ਦਾ ਮੌਕਾ ਇੱਥੇ ਦੇ ਤੇ ਮੈਂ ਹੋਰ ਕਿਤੇ ਦੇ ਦੇਣੀ ਸੇਵਾ ਤੂੰ ਕੋਈ ਨੀ ਧੁੱਪੇ ਠੀਕ ਹੋ ਗਿਆ ਹੋਊ ਆਪਾਂ ਕਰਕੇ ਚੱਲਦੇ ਚੱਲਦੇ ਆਪਾਂ ਦੇਖੂ ਕਿੰਨੇ ਕੁ ਖਰਾਬ ਹੁੰਦੇ ਆ ਤੇਰੇ ਟਰੈਕਟਰ ਮੈਂ ਮੇਰਾ ਚਾਹ ਪਈ ਆ ਚਾਹ ਪੀ ਲੈ ਮੈਂ ਬੋਲਤਾ ਪੈ ਦੇਖਤਾ ਸਹੀ ਕਿਵੇਂ ਖਲਾਰਾ ਪਾਉਣ ਲੱਗਿਆ 8 ਵਜੇ ਉੱਠ ਕੇ ਤੇ ਪਤਾ ਲੱਗ ਗਿਆ ਵੀ ਤੂੰ ਦਾਤਣ ਕਰਦਾ ਹੈ ਮੈਨੂੰ ਛੱਡ 5 ਘਰਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਮੈਂ ਤੈਨੂੰ ਕਹੀ ਜਾਂਦੀ ਹਾਂ ਚਾਹ ਪੀ ਲਾ ਮਰ ਲਾ ਠੰਡੀ ਹੋ ਜੂ ਮੱਖੀ ਪੈ ਜੂ ਚਾਹ ਪੀ ਲਾ ਜਾ
ਆ ਜਾ। ਆਹਾਂ ਮਾਰੀ ਜਾਂਦਾ ਥੋੜੂ ਉੱਕੇ ਜੇ, ਤੈਨੂੰ ਐਂ ਨਹੀਂ ਦੀਂਦਾ ਹੈਗਾ ਵੀ ਬਾਹਰੋਂ ਹਾਰਨ 'ਤੇ ਹਾਰਨ ਮਾਰੀ ਜਾਂਦਾ ਦੋਧੀ, ਚੱਕ ਕੇ ਦੁੱਧ ਪਾਇਆ ਫਿਰ ਮੁੜ ਕੇ ਤੂੰ ਬੋਲਣ ਲੱਗਾ ਨਹੀਂ ਦੇਖਦਾ। ਅੱਗੇ ਦੋਧੀ ਨੂੰ ਚੌਂਤਰੇ 'ਤੇ ਬੁਲਾ ਲੈਂਦੀ ਹੈ, ਦੋਧੀ ਨੂੰ ਚੌਂਤਰੇ 'ਤੇ ਬੁਲਾ ਲੈਂਦੀ ਹੈ। ਮਾੜਾ ਕੋਈ ਨਹੀਂ, ਸੋਚ ਮਾੜੀ ਆਪਣੀ, ਆਹ ਲੈ ਜਾ ਪਾਇਆ। ਮੈਨੂੰ ਤਾਂ ਇਹਦੀ ਵੀ ਕਿਰਪੈਨ ਵਾਲਾ ਮਾਰਦਾ ਵੇ, ਕਿਧਰੇ ਨਹੀਂ ਕਿਰਪੈਨ ਵਾਲਾ ਮਾਰਦਾ, ਅੱਜ ਤੈਨੂੰ ਕਿਰਪੈਨ ਵਾਲਾ ਦਿਸਣ ਲੱਗ ਗਿਆ। ਅੱਗੇ ਉਹੀ ਆ ਜਿਹੜਾ ਰੋਜ਼ ਆਉਂਦਾ। ਹੁਣ ਮੈਂ ਚਾਹ ਪੀ, ਮੈਂ ਦੁੱਧ ਪਾ ਕੇ ਆਵਾਂ। ਇਹਨੂੰ ਫੇਰ ਪੀ ਲਈ ਫਿਰ ਉਹ ਇੱਥੇ ਆ ਜੂਗਾ। ਇੱਕ ਵਾਰ ਕਹੇ ਤਾਂ ਗੱਲ ਤੈਨੂੰ ਸਮਝ ਆਉਂਦੀ ਨਹੀਂ। ਜਾ ਪਾਇਆ ਪੱਗ ਤਾਂ ਐਂ ਬੰਨੀ ਬੈਠਾ ਜਿਵੇਂ ਵੀਰੇ ਕੇ ਬਰਾਤ ਜਾਣਾ ਹੋਵੇ। ਓਏ ਆ ਜਾ ਕਰੋ ਟਾਈਮ ਨਾਲ। ਕੰਜਰ ਵੇ ਟੀ ਟੀ ਕਰੀ ਜਾਂਦਾ, ਚਾਹ ਤਾਂ ਝੁਲਸਣ ਦੇ ਦਿੰਦਾ। ਮਸਾਂ ਦਾ ਟਕਾਈ ਨਾਲ ਇੱਕ ਚਾਹ ਪੀਣਾ ਮੈਂ। ਚਾਹ ਨਹੀਂ ਪੀਤੀ ਹਜੇ ਤੜਕੇ। ਚਾਹ ਨਹੀਂ ਪੀਤੀ, ਚਾਹ ਨਹੀਂ ਪੀਤੀ, ਟੀ ਪੀ ਤੂੰ 10 ਮਿੰਟ ਲੇਟ ਆ ਜਾ। ਹਾਂ ਓਏ ਕੀ ਆ ਕਾਂਗਰਸ ਚ ਰਲ ਗਿਆ ਕੰਜਰ ਦੇ ਆ ਪੱਗ ਦਾ ਕਿਹੜੀ ਆ ਕਾਂਗਰਸ ਚ ਕਿਵੇਂ ਰਲਾਤਾ ਤੈਂ? ਆ ਮੂੰਹ ਦੇਖ, ਸੀਸਾ ਵੀ ਨਹੀਂ ਖੜਜਾ ਤੈਨੂੰ ਮੈਂ ਦਿਖਿਆ ਹੋਣਾ। ਕੀ ਕਰੀ ਫਿਰਦਾ ਇਹ ਘਰ ਆ? ਕੀ ਘਰ ਆ? ਮੈਂ ਕਹਿੰਦਾ ਕਿਸੇ ਨੇ ਝੰਮੇ ਖੜ ਜਾ, ਤੈਨੂੰ ਮੁਗਰਲੇ ਕੈਮਰੇ ਨਾਲ ਹੀ ਦਿਖਾਊ ਤੂੰ ਫਿਰ ਬਹਿਣ ਕੇ ਤਕੜਾ ਦੇਖ। ਅੱਛਾ ਅੱਛਾ ਲੱਗ ਰਿਹਾ ਜਮੀ ਜਿਵੇਂ ਥੱਪੜ ਮਾਰਿਆ ਹੋਵੇ ਕਿਸੇ ਨੇ ਹਨਾ। ਉਹ ਕੱਲ ਕੀ ਤੀ, ਮੈਂ ਤਾਂ ਪਦਾਨ ਪਾਉਂਦਾ ਤੀ ਚਿਰੀ ਚ, ਉਹ ਹੱਥਾਂ ਤੇ ਲੱਗ ਗਈ। ਉਹ ਇੰਨੇ ਕੰਜਰ ਦੀ ਆ ਮੱਖੀ ਜੀ ਨੀ ਆਪਣੇ ਲੜਦੀ ਹੁੰਦੀ, ਜਿਹੜੀ ਉੱਠਦੀ ਨੀ ਹੈਗੀ ਅੱਜ ਕੱਲ, ਜਿਹਨੂੰ ਆਪਾਂ ਦੇਖ ਕੇ ਕਹਿ ਦਿੰਦੇ ਆ ਵੀ ਮੀਂਹ ਪਊਗਾ ਹੁਣ ਤਾਂ ਲੜਦੀ ਹੈ। ਉਹ ਤਾਂ ਕਈ ਵਾਰੀ ਤਾਂ ਐਂ ਕਰਿਆ, ਉਹ ਤਾਂ ਹਟੀਏ ਨੀ। ਫਿਰ ਮੈਂ ਤਾਂ ਕੀ ਕਰਿਆ ਜਦੋਂ ਉਰੇ ਬਹਿ ਗਈ ਐ, ਮੈਂ ਤਾਂ ਕੀ ਕਰਿਆ, ਮੈਂ ਤਾਂ ਕਕਾ ਆ ਕੇ ਮਾਰਿਆ ਥੱਪੜ ਮੇਰੇ ਥਾਲੀ ਦੇ, ਮੇਰੇ ਥਾਲੀ ਦਾ ਮੂੰਹ ਕੱਢਤਾ ਮੈਂ ਤਾਂ। ਉਹ ਉਂਗਲਾਂ ਛਪ ਗਈਆਂ ਉਹਦੀਆਂ ਪਦਾਨ ਦੇ ਰੰਗ ਦੀਆਂ। ਹਰ ਦੁੱਧ ਪਾ ਲੈ। ਮੈਨੂੰ ਗੱਲ ਕੋਈ ਹੋਰ ਲੱਗਦੀ ਹੈ, ਇਹ ਕਹਾਣੀ ਜਿਹੜੀ ਤੂੰ ਸੁਣਾ ਰਿਹਾ ਇਹ ਨਹੀਂ ਲੱਗਦੀ ਮੈਨੂੰ। ਯਾਰ ਕਮਾਲ ਕਰੀ ਹੈ ਨਾ ਯਾਰ, ਚੱਲ ਮੇਰੇ ਥੱਪੜ ਮਾਰ ਜੂ ਕੋਈ, ਮੈਂ ਤਾਂ ਟੰਗਾ ਤੋੜ ਕੇ ਵਿਚਾਲੇ ਫਸਾ ਦੂੰ ਟੰਗ ਮੇਰੇ ਸਾਲੇ ਦੀ, ਜੇ ਮੈਨੂੰ ਕੋਈ ਮਾਰ ਜੂਗਾ ਬਾ ਉਹ ਤੇਰੇ। ਚੱਲ ਡੋਲ ਨਾ ਦੇਈ ਯਾਰ, ਤੂੰ ਪਾ ਦੇ ਕੰਜਰ ਦੇ ਤੜਕੇ ਤੜਕੇ ਤਾਂ ਹੋ ਪਾ ਦੇ, ਅੱਧਾ ਤਾਂ ਵਿੱਚੇ ਰੱਖ ਗਿਆ। ਮੈਂ ਪੀ ਲੂਆਂ ਕਿਧਰੇ ਨੀ ਮਰ ਲਟਾਉਂਦਾ ਤੂੰ, ਥਾਪੜੇ ਤਾਂ ਖਾਨਾ। ਮੈਂ ਮੇਰੇ ਸਾਲ ਤੇ ਪਲੇਟ ਮਾਰੂੰਗਾ ਥਾਪੜੇ ਖਾਨਾ ਕਹਿੰਦਾ ਤੂੰ। ਚੱਲ ਤੂੰ ਦੁੱਧ ਲਿਜਾਣਾ ਲੈ ਜੀ, ਮੈਂ ਮਿੰਦੀ ਨੂੰ ਪਾ ਦਿਆ ਕਰੂੰਗਾ ਦੁੱਧ। ਮੈਂ ਕਿੰਨਾ ਤੀ ਦੱਸਤਾ ਜਾ, 7 ਕਿਲੋ ਤੀ। ਮੈਂ ਠੀਕ ਹੈ ਸਾਲਾ, ਥੱਪੜਦਾਰ ਵਾਲੇ ਹੋਰ ਦਾ ਦਵਾਈ ਲਾ ਲੈ ਕੋਈ ਨਹੀਂ, ਘਸਾੜ ਤੇ ਨਾ ਖਾਣੀ ਕਿਤੇ। ਇਹਨੂੰ ਹਟਾ ਦੇ ਰੇ ਦੁੱਧ ਦਾ ਤਾਂ ਪਾਣੋ ਆਪਦਾ, ਹੋਰ ਤੋਂ ਪਾਇਆ ਕਰ ਕਿਸੇ। ਮੈਂ ਕਹਿੰਦਾ ਉਸੇ ਨੇ ਕਰਿਆ ਤੇਰਾ ਚਾਹ ਪਾਣੀ। ਹਾਂ ਮੈਂ ਮੇਰੇ ਸਾਦੇ ਰੜਕਾ ਦੇ ਦੂੰਗਾ ਨਾ ਚ, ਸਾਲਾ ਮੇਰੇ ਘਰ ਆ ਕੇ ਮੇਰੀ ਨੂੰ ਬੋਲੀ ਜਾਂਦਾ। ਗਾਲ ਜੀ ਨਾ ਦੇ ਪਰਜਾਈ,
ਆਈ ਮਾੜਾ ਆ ਕੀ ਮੈਂ ਜਾਣਾ ਐਂ ਕਿ ਤੂੰ ਬੜਨੋਂ ਹਟਾ ਦੇ ਘਰੋਂ ਹੁਣ ਹੈ ਨਹੀਂ ਦਮ ਤੇਰੇ ਚ ਦੇਖ ਲਿਆ ਮੈਂ ਤੀਵੀਂ ਵਾਲੇ ਤਾਂ ਹਥਿਆਰ ਲਈ ਆਉਣਾ ਤੂੰ ਉਹ ਤੂੰ ਵਗ ਜਾ ਜਾਣਦਾ ਮੈਂ ਜਾਣ ਨਹੀਂ ਆ ਮੈਂ ਤਾਂ ਵੇ ਆ ਜਾ ਹੁਣ ਦੁੱਧ ਪਾਉਣ ਗਏ ਨੂੰ ਫੜ ਲਿਆ ਤੈਨੂੰ ਨਹੀਂ ਆਉਣਾ ਕਿਉਂ ਆ ਜਾ ਵੇ ਚਾਹ ਪੀ ਲੈ ਤੇਰੀ ਚਾਹ ਚ ਮੱਖੀ ਪੈ ਗਈ ਹੋਣੀ ਆ ਮੈਨੂੰ ਲੱਗਦਾ ਮੇਰੀ ਗੱਲ ਸੁਣ ਲੈ ਨੀ ਤੂੰ ਤੂੰ ਮੈਨੂੰ ਦੱਸਦਾ ਦਿੰਦੀ ਜਿਹੜਾ ਰਾਤ ਥੱਪੜ ਮਾਰਿਆ ਵੀ ਤੇਰੇ ਮੂੰਹ ਤੇ ਦਾਗ ਪੈ ਰਿਹਾ ਬੇਇੱਜ਼ਤੀ ਕਰਾ ਕੇ ਰੱਖਤੀ ਦੁੱਧ ਦੀ ਤੈਨੂੰ ਪਤਾ ਕੀ ਕੁਛ ਬੋਲ ਕੇ ਗਿਆ ਤਾਂ ਹੀ ਮੈਂ ਕਹੀ ਜਾਂਦੀ ਵੀ ਰੌਲਾ ਜਾ ਕਾਹਦਾ ਪਈ ਜਾਂਦਾ ਮਾਰਨਾ ਤੇ ਮਰਾਤਾ ਦੀ ਘੱਟੋ ਘੱਟ ਬੰਦਾ ਲਕੋਰੇ ਮੈਨੂੰ ਤੜਕੀ ਦੱਸਦਾ ਦਿੰਦੀ ਜਦੋਂ ਚਾਹ ਫੜਾਈ ਤੇ ਉਦੋਂ ਦੇਖਿਆ ਤਾਂ ਹੋਣਾ ਨਾ ਕੀ ਗੱਲ ਹੁਣ ਤੈਨੂੰ ਪਤਾ ਲੱਗ ਗਿਆ ਵੀ ਬੇਇੱਜ਼ਤੀ ਹੁੰਦੀ ਆ ਆ ਜਦੋਂ ਕਹਿੰਦਾ ਸੀ ਸੇਵਾ ਦਾ ਮੌਕਾ ਸੇਵਾ ਦਾ ਮੌਕਾ ਆ ਸਾਰੇ ਪੱਠੇ ਅਗਲੇ ਦੇ ਘਰੇ ਲਾਇਆ ਤੇ ਉਦੋਂ ਬੇਇੱਜ਼ਤੀ ਨਹੀਂ ਹੁੰਦੀ ਸੀ ਉਦੋਂ ਤੇਰੀ ਬੇਇੱਜ਼ਤੀ ਨਹੀਂ ਹੁੰਦੀ ਸੀ ਜਦੋਂ ਆਏ ਬਾਹਾਂ ਓਏ ਬਾਹਾਂ ਕੱਢ ਕੱਢ ਗੱਲਾਂ ਕਰਦਾ ਸੀ ਹੈ ਟਿਕ ਜਾ ਤੂੰ ਮਖਾ ਅੱਛਾ ਹੁਣ ਤੂੰ ਆ ਰੜਕਾ ਲਿਆਇਆ ਮੇਰੇ ਮਾਨ ਨੂੰ ਹੈ ਹੁਣ ਤੂੰ ਮੇਰੇ ਮਾਰੇਗਾ ਮੇਰੇ ਮਾਰੇਗਾ ਹੁਣ ਤੂੰ ਨਾ 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 ਹਾਂ ਇਹ ਤਾਂ ਉੱਥੇ ਪਿਆ ਦੀ ਮਾਰਾ ਸੇ ਬਾਹਰ ਗਏ ਪਿਆ ਮੈਂ ਉਹਦੇ ਧਰਨ ਵਾਸਤੇ ਲਿਆਈ ਤੀ ਤਾਂ ਕਾਹਨੂੰ ਲਿਆਇਆ ਤਾਂ ਤੂੰ ਮਾਰਨ ਵਾਸਤੇ ਸੀ ਤੇਰਾ ਗਾਹ ਨਹੀਂ ਲੱਗਿਆ ਮਾਰਨ ਤੇ ਗਲਤ ਹੈ ਇਹ ਹੈ ਹਾਂ ਤੋ ਘਟ ਵੱਜ ਗਿਆ ਵਜਾ ਗਿਆ ਪਿਆਰ 'ਚ ਸਾਰਾ ਕੁਛ ਹੋ ਜਾਂਦਾ ਹੁੰਦਾ ਵੇ ਚੱਲ ਚੱਲ ਲੱਗਦਾ ਪਿਆਰ ਦਾ ਮੈਨੂੰ ਤੇਰੇ ਇਹੋ ਜਿਹੇ ਪਿਆਰ ਦੀ ਲੋੜ ਹੈਗੀ ਸੋਲਾ ਪਿਆਰ ਦਾ ਗੱਲਾਂ ਕਰਦਾ ਹਜੇ ਆ ਭੈਣ ਦਾ ਖਸਮ ਕੀ ਲੈਣਾ ਆਇਆ ਹੈ ਮੈਂ ਬੁਲਾਇਆ ਤੈਂ ਕਾ ਤੂੰ ਬੁਲਾਇਆ ਤੂੰ ਲੋਕਾਂ ਨੂੰ ਸੇਵਾ ਦੇ ਮੌਕੇ ਦਿੰਦਾ ਫਿਰਦਾ ਨਾ ਮੈਂ ਇਹਨੂੰ ਬੁਲਾਇਆ ਆ ਜਾ ਨੰਗਿਆ ਸੀ ਗੱਲ ਭਾਪੀ ਸਤਿ ਸ੍ਰੀ ਅਕਾਲ ਕੀ ਹੋ ਗਿਆ ਬਾਈ ਨੂੰ ਕੁਛ ਨਹੀਂ ਤਾਂ ਪ੍ਰਿੰਟ ਲੜ ਗਈ ਯਾਰ ਕਾਹਦੇ ਵਾਸਤੇ ਬੁਲਾਇਆ ਦੀ ਭਾਪੀ ਉਹ ਮੈਂ ਤਾਂ ਤੈਨੂੰ ਐਂ ਬੁਲਾਇਆ ਸੀਗਾ ਮੈਂ ਨਾ ਮਰਜੀ ਦਵਾਈ ਜੀ ਲੈ ਕੇ ਆਉਣੀ ਸੀ ਤੇ ਨਾਲੇ ਮਾੜਾ ਜਿਹਾ ਕੰਮ ਜਾਣਾ ਸੀਗਾ ਮੇਰੇ ਨਾਲ ਚੱਲ ਕੋਈ ਨਹੀਂ ਬਾਕੀ ਚੱਲੂਗਾ ਵੀ ਮੈਂ ਤਾਂ ਆ ਤੂੰ ਐ ਦੱਸ ਪਹਿਲਾਂ ਚਾਹ ਲੈ ਕੇ ਆਵਾਂ ਤੇਰੇ ਵਾਸਤੇ ਨਾ ਮੈਂ ਪੀ ਕੇ ਆਇਆ ਭਜਾਈ ਚੱਲ ਫਿਰ ਮੈਂ ਖੇਤ ਮੋਟਰ ਜੀ ਕੱਢਣੀ ਹੈ ਮੋਟਰ ਮਚ ਰਹੀ ਹੈ ਤੂੰ ਹੁਣੀ ਵਗ ਜਾਏਗਾ ਮੇਰੇ ਨਾਲ ਹਾਂ ਹਾਂ ਤੂੰ ਉਹ ਚੱਲ ਚੱਲ ਫਿਰ ਮੈਂ ਮਾੜਾ ਜਾ ਆ ਚੁੰਨੀ ਜੀ ਬਦਲੇ ਆਵਾਂ ਆ ਗਈ ਆ ਗਈ ਕੋਈ ਨਹੀਂ ਥੋੜਾ ਕਰ ਦਿੰਦਾ ਮੈਂ ਪ੍ਰਿੰਟ ਦਾ ਤਾਂ ਉਹ ਪ੍ਰਿੰਟ ਦੂਜੀ ਦੀ ਯਾਰ ਇਹ ਕਿਹੜੀ ਉਹ ਕਾਲੀ ਯਾਰ ਕਾਲੀ ਦਾ ਤਾਂ ਜਮੀ ਸੌਖਾ ਹੀ ਤਾਂ ਸੋਈ ਨਹੀਂ ਚੜਦੀ ਨਾ ਮੈਂ ਯਾਰ ਮਿੱਟੀ ਵਾਲੀ ਪ੍ਰਿੰਟ ਦੀ ਉਹ ਮਿੱਟੀ ਦਾ ਘਰ ਨਹੀਂ ਬਣਾਉਂਦੀ ਹੁੰਦੀ ਜਿਹੜੀ ਉਹ ਫਿਰ ਮੈਂ ਤਾਂ ਉਹ ਕਹਿਣਾ ਵੀ ਉਹਦਾ ਤਾਂ ਸੋਜਾ ਹੀ ਨਹੀਂ ਚੜਨ ਦਿੰਦਾ ਮੈਂ ਚੜਿਆ ਤਾਂ 2 ਮਿੰਟਾਂ 'ਚ ਤਾਰ ਦੂੰ ਲੈ ਤੂੰ ਕਰ ਦਿੰਦੇ ਮੈਨੂੰ ਲੱਗਦਾ ਮੈਨੂੰ ਲੱਗਦਾ ਪ੍ਰਿੰਟ ਨਹੀਂ ਸੀ ਭੂਲ ਤੇ ਯਾਰ ਉਹ ਆਹ ਓਏ ਕੀ ਆਹ ਓਏ ਪ੍ਰਿੰਟ ਪ੍ਰਿੰਟ ਲੱਗ ਗਈ ਸੋਜਾ ਆ ਗਿਆ ਨਿਸ਼ਾਨ ਪੈ ਗਏ ਹੋਰ ਕੀ ਕਿਦੋਂ ਕਰਾ ਕੇ ਆਇਆ ਪ੍ਰਿੰਟ ਕੰਦਰ ਦੇ ਆ ਮੇਰੀ ਫਰੇਟ ਕਰ ਦੂ ਕੀ ਯਾਰ ਨਾ ਬਈ ਆਹ ਹੋਰ ਕੀ ਹੈ ਮੈਂ ਤਾਂ ਪਤਾ ਮੇਕਅਪ ਕਰਾਇਆ ਤਾਂ ਬਾਈ ਮੈਂ ਤਾਂ ਕੰਧਾਂ ਦੇ ਕੁੱਤੀਆਂ ਚਾੜਨਾ ਹੁਣ ਪ੍ਰਿੰਟ ਲੜ 2 3 4 ਉਂਗਲਾਂ ਛਪੀਆਂ ਪਈਆਂ ਨੇ ਤੇਰੇ ਹੋਰ ਕਸਰ ਉਹ ਯਾਰ ਲੜੀ ਦੀ ਇੱਕ ਪਾਸੇ ਹੁਣ ਜਿਹੜੀਆਂ ਨਾੜਾਂ ਨੇ ਨਾੜਾਂ ਤੇ ਜ਼ਹਿਰ ਤਾਂ ਜਾਊਗੀ ਪ੍ਰਿੰਟ ਦੀਆਂ ਜਿਹੜੀਆਂ 4-5 ਨਾੜਾਂ ਦੀਆਂ ਉਹਦੇ ਵਿੱਚ ਖੂਨ ਵਗ ਗਿਆ ਫਿਰ ਉਹ ਲਾਲ ਤਾਂ ਹੋਊਗੀ ਤੇਰੇ ਨਾਲ ਕੌਣ ਪਕਾਈ ਮਾਰੇ ਕਿ ਦੱਸਦਾ ਦੇ ਕੀ ਕਾਂਡ ਕੀ ਕਰਿਆ ਤੈਂ ਤੂੰ ਮੇਰੀ ਗੱਲ ਸੁਣ ਲੈ ਮੇਰੇ ਘਰੋਂ ਵਗ ਜਾ ਇਥੋਂ ਮੇਰੀ ਗੱਲ ਸੁਣ ਸਾਡੀ ਲੜਾਈ 'ਚ ਵੜਨ ਦੀ ਕੋਈ ਲੋੜ ਨਹੀਂ ਤੁਸੀਂ ਸਾਰਾ ਟੱਬਰ ਨੂੰ ਤੁਹਾਨੂੰ ਇਹੀ ਆਦਤ ਹੈ ਜੀ ਜਿਹਦੇ ਲੜਾਈ ਹੋਈ ਨਹੀਂ ਔਰ ਤੁਸੀਂ ਟੰਗ ਡਾਈ ਨਹੀਂ ਅਸੀਂ ਤੁਹਾਡੀਆਂ ਬੁੜੀਆਂ ਕਰਦੀਆਂ ਨੇ ਮੈਂ ਸਾਲਾ ਕੀ ਟੰਗ ਡਾਤੀ ਉਹ ਤੁਹਾਡੀ ਲੜਾਈ 'ਚ ਜੇ ਫੋਨ ਕਰਿਆ ਮੈਂ ਤਾਂ ਆਇਆ ਤੂੰ ਮੇਰੇ ਫਿਰ ਕਹਿੰਦੇ ਸਾਡੇ ਕੋਈ ਆਉਂਦਾ ਨਹੀਂ ਸਾਡੇ ਤਾਂ ਜਮਾ ਨਾ ਆਓ ਜਿੱਦੇ ਮਰ ਗਿਆ ਸਾਡੇ ਕੋਈ ਉਦੋਂ ਵੀ ਨਾ ਆਈਓ ਤੂੰ ਮੇਰੇ ਘਰੋਂ ਵਗ ਜਾ ਯਾਰ ਉਹ ਪਹਿਲਾਂ ਗੱਲ ਲਾਲ ਕਰਾਈ ਫਿਰਦਾ ਤੂੰ ਹੋਰ ਮੇਥੋਂ ਕਰਾ ਲਏਗਾ ਔਰ ਮੈਂ ਤੈਨੂੰ ਬੰਦਿਆਂ ਵਾਂਗੂ ਸਮਝਾ ਤੂੰ ਮੇਰੇ ਘਰੇ ਆ ਕੀ ਰੋ ਮਾਰੀ ਇਹਨਾਂ ਨੂੰ ਕਮਾਲ ਕਰੀ ਇਹਨਾਂ ਮਾਰੂਗਾ ਨਹੀਂ ਬੱਚੋ ਤੇਰੇ ਲੱਛਣ ਇਹ ਜੇ ਨੇ ਵਗ ਜਾ ਯਾਰ ਕਰੇ ਯਾਰ ਆਪਦੇ ਜਾ ਯਾਰ ਬਣੇ ਚੌਧਰਦਾਰੀ ਦੇ ਫੋਨ ਕੀ ਅੰਡੇ ਲੈਣ ਨੂੰ ਕਰਦੇ ਨੇ ਉਹ ਇਹਦੇ ਭੈਣ ਦੇ ਖਸਮ ਨੇ ਕਰਿਆ ਤੈਨੂੰ ਉਹਨੂੰ ਪੁੱਛ ਤੇਰੇ ਘਰ ਵਾਲੀ ਨੂੰ ਜਿਹਨੇ ਕਰਿਆ ਉੱਥੇ ਤਾਂ ਜ਼ੋਰ ਨਹੀਂ ਚੱਲਦਾ ਮੇਰੇ ਤੇ ਆ ਚੜਦਾ ਕਰੂੰਗਾ ਬੱਟੂ ਉਹਨੂੰ ਮੇਰੇ ਸਾਲੀ ਨੂੰ ਪੱਖੇ ਨਾਲ ਲਟਕਾਉਂਗਾ ਅੱਜ ਮੈਂ ਦੇਖੀ ਤੂੰ
ਪਹਿਲਾਂ ਬੂਥਾ ਲਾਲ ਕਰਾਈ ਫਿਰਦੇ ਉਹ ਤਾਂ ਹੋਰ ਕਰਾ ਲੇਗਾ ਭੈਣ ਦੀ ਵੱਢਣ ਵਾਲਾ ਜਾਣਦਾ ਮੈਂ ਤੈਨੂੰ ਭੂੰਡ ਦੀ ਇਹ ਤਾਂ ਭੂੰਡ ਭੂੰਡ ਲੜੇ ਤਾਂ ਲਾਲ ਹੋਊਗੀ ਬੇਲਾ ਚਾਚ ਚੱਲ ਗਏ ਭੋਲੇ ਹੈਂ ਭੋਲਾ ਕਿੱਧਰ ਵੱਗ ਗਿਆ ਆ ਮੈਨੂੰ ਪੱਕਾ ਪਤਾ ਇਸੇ ਨੇ ਭਜਾਇਆ ਇਹਦੇ ਪੈਰਾਂ ਥੱਲੇ ਅੱਗ ਮੱਚਦੀ ਆ ਵੀ ਭੋਲਾ ਇਹਨੇ ਕਾਹਤੋਂ ਬੁਲਾਇਆ ਹੁਣ ਇੱਥੋਂ ਪਤਾ ਲੱਗਦਾ ਨਾ ਵੀ ਜੇ ਦੂਜਾ ਕਰੇ ਤਾਂ ਦੁੱਖ ਕਿੰਨਾ ਕੁ ਲੱਗਦਾ ਚੱਲ ਕੋਈ ਨਹੀਂ ਆਏ ਕਰਦੀਆਂ ਆਪ ਹੀ ਚੜ੍ਹਦੀਆਂ ਬਸ ਹੁਣ ਟਾਈਮ ਨਾਲ ਕੰਮ ਤਾਂ ਫੇਰ ਹੋ ਜੂਗਾ ਕੰਮ ਤਾਂ ਜੈਖਣ ਦਾ ਸਾਰੀ ਉਮਰ ਨਹੀਂ ਮਗਰੋਂ ਲੈਣਾ ਹੈਗਾ ਚੱਲ ਕਿਤੇ ਬਾਜ ਵੀ ਨਾ ਮਾਰਦੇ ਮਗਰੋਂ ਪਹਿਲਾਂ ਨਿਕਲਣਾ ਜੀ ਸੁਣਦੇ ਨੀ ਮੇਰੇ ਹਾਸਾ ਕਰ ਪਾ ਰਿਹਾ ਕਿਵੇਂ ਆ ਮੈਂ ਤਾਂ ਠੀਕ ਹਾਂ ਜੀ ਤੁਸੀਂ ਦੱਸੋ ਇੱਕ ਦਿਨ ਬ੍ਰੇਕ ਧਿਆਨ ਨਾਲ ਲਾਇਆ ਕਰੋ ਇਹ ਤਾਂ ਤੈਨੂੰ ਦੇਖ ਕੇ ਤਾਂ ਉੱਥੇ ਦਾ ਧੁਰਾ ਕੰਮ ਛੱਡ ਗਿਆ ਹੈ ਪੈਡਲ ਉੱਥੇ ਜਾਮ ਹੋ ਗਏ ਪਰ ਟੱਲਮ ਟੱਲੀਆਂ ਸਾਰੀਆਂ ਜਾਮ ਹੋ ਗਈਆਂ ਤੂੰ ਕਿੱਧਰ ਚੱਲਿਆ ਸਾ ਕਰ ਪਾ ਰਿਹਾ ਮੈਂ ਤਾਂ ਡੈਰੀ ਤੋਂ ਦੁੱਧ ਲੈਣ ਜਾ ਰਹੀ ਸੀ ਦੁੱਧ ਕੱਲ੍ਹ ਤਾਂ ਹਜੇ ਮੈਂ ਸੂਈ ਹੈ ਉਹ ਜੀ ਤੁਹਾਨੂੰ ਪਤਾ ਨਹੀਂ ਲੂਆ ਦੁੱਧ ਹਜੇ ਕਿੱਥੇ ਘਰੇ ਵਰਤਾਂਗੇ ਹਜੇ ਤਾਂ ਬਾਬਿਆਂ ਦੇ ਮੱਥਾ ਟੇਕਾਂਗੇ ਦਸਵੀਂ 'ਤੇ ਮੱਥਾ ਟੇਕਣਾ ਫਿਰ ਕਿਤੇ ਘਰੇ ਵਰਤੂੰਗੀ ਹਾਂ ਇਹ ਵੀ ਗੱਲ ਸਹੀ ਹੈ ਫਿਰ ਦਸਵੀਂ ਨੂੰ ਵੀ ਮੱਥਾ ਟੇਕਦੀ ਹੋਣੀ ਹੋਰ ਫਿਰ ਹਜੇ ਤਾਂ 9 ਦਿਨ ਪਏ ਨੇ ਮੇਰੀ ਗੱਲ ਸੁਣ ਆ ਹੁਣ ਤਾਂ ਜਿਹੜਾ ਚੱਲ ਲਿਆ ਅੱਗੇ ਤੋਂ ਕਿਲੋ ਦੁੱਧ ਮੈਂ ਦਿਆਇਆ ਕਰੂੰ ਤੈਨੂੰ ਚੰਗਾ ਠੀਕ ਹੈ ਤੈਨੂੰ ਗਲੀ ਗੁਲੀ 'ਚ ਕਿਤੇ ਫਿਰਨ ਦੀ ਲੋੜ ਨਹੀਂ ਹੈਗੀ ਮੇਰੀ ਗੱਲ ਸੁਣ ਕੰਜਰ ਦੇਦੀ ਨਜ਼ਰ ਲੱਗ ਜੂਗੀ ਤੈਨੂੰ ਔਰ ਜੇ ਨਜ਼ਰ ਲੱਗ ਗਈ ਤੂੰ ਮੱਝੇ 'ਚ ਡਿੱਗੀ ਉਹ ਤੂੰ ਪਹਿਲਾਂ ਮੇਰਾ ਸੁਰਗਵਾਸ ਭੋਗ ਪੈ ਜੂਗਾ ਇੰਨੀ ਕਿੰਨੀ ਕੁ ਸੋਹਣੀ ਆ ਮੈਂ ਨਜ਼ਰਾਂ ਲੱਗਣਗੀਆਂ ਨਹੀਂ ਨਹੀਂ ਇਹਨੂੰ ਪੁੱਛ ਕੇ ਦੇਖ ਨੀ ਚੱਲ ਤੂੰ ਛੱਡ ਆ ਕੀ ਕਰੀ ਫਿਰਦਾ ਮੂੰਹ ਜਲ ਕੋਈ ਫਿਰਦਾ ਦੇਖਾਂ ਮੈਂ ਦਿਖਾ ਦੇ ਬੂ ਮੈਂ ਮਰ ਜਾ ਆ ਕੀ ਹੋ ਗਿਆ ਬੇ ਉਹ ਮੈਂ ਕੱਖ ਨੀ ਟੇਕ ਗਿਆ ਤੇਰੇ ਕੰਜਰ ਦੀ ਨੇ ਜਾ ਕੇ ਥੱਪੜ ਮਾਰਿਆ ਰਾਤ ਨੂੰ ਹਾਏ ਜਮੀਨੀ ਤਰਸ ਹੈ ਚੰਦਰ ਨੂੰ ਇੱਥੇ ਨੀਲ ਇੱਥੇ ਨੀਲ ਕਿੱਧਰ ਹੈਲੋ ਦੇਖੀ ਗਊਆਂ ਵਰਗਾ ਬੰਦਾ ਚੰਦਰੀ ਜਮੀ ਤਰਸ ਨਹੀਂ ਕਰਦੀ ਮਾਰਨ ਲੱਗੀ ਹੋਰ ਜਮੀ ਇਹ ਤਾਂ ਮੈਂ ਤੇਰੇ ਕਰਕੇ ਥੱਪੜ ਖਾ ਲੇ ਵੀ ਚੱਲ ਘੱਟੋ ਘੱਟ ਵੀ ਜਮੇਰੇ ਮਾਰ ਕੇ ਸਰ ਜੂ ਕਿਤੇ ਤੁਹਾਡੇ ਘਰੇ ਨਾ ਜੇ ਚੰਦਰੀ ਉਹ ਤਾਂ ਬਗਿਆੜਨੀ ਆ ਬਗਿਆੜਨੀ ਮੇਰੇ ਮੇਰਾ ਪੈਂਡਾ ਸੁੱਟ ਜੇ ਜੇ ਕਿਤੇ ਮਰ ਜੇ ਨਾ ਉਹ ਹਾਏ ਮੈਂ ਤਾਂ ਤੁਹਾਡੀ ਘਰੇ ਰਹਿਣ ਲੱਗ ਜਾ ਆਹ ਤਾਂ ਘਰ ਵੇਚ ਦਈਏ ਆਪਾਂ ਇਹ ਜਿਹੜੇ ਪੈਸੇ ਹੋਣਗੇ ਤੇਰੇ ਨੌ ਕਰਾ ਦਾਂ ਟੋਨੀ ਸੁਨਿਆਰ ਤੋਂ ਟੂਮਾ ਬਣਵਾ ਦਾਂ ਇਹ ਟੂਮਾ ਪਾ ਕੇ ਰਾਣੀ ਹਾਰ ਜਦੋਂ ਤੂੰ ਐਂ ਗਾਲਾਂ ਕਰਕੇ ਤੁਰੇਂਗੀ ਟੋਨੀ ਵੀ ਕੰਜਰ ਦਾ ਸੋਚੂਗਾ ਵੀ ਕਿਹਦੇ ਗਲ 'ਚ ਪਾਤਾ ਉਹ ਹਾਰ ਚੱਲ ਚੰਗਾ ਹੁਣ ਤੂੰ ਜ਼ਿਆਦਾ ਮਸਕੇ ਨਾ ਲਾ ਮੇਰੀ ਗੱਲ ਸੁਣ ਧਿਆਨ ਨਾਲ ਕੱਲ੍ਹ ਨੂੰ ਜਦੋਂ ਦੁੱਧ ਦੇਣ ਆਏਗਾ ਘਰੇ ਤਾਂ ਨਾ ਮੈਂ ਤੇਰੇ ਵਾਸਤੇ ਦਵਾਈ ਬਣਾ ਕੇ ਰੱਖੂੰਗੀ ਉਹ ਲਾ ਲਈ ਤੂੰ ਉਹ ਨਾਲ ਦੇ ਨਾਲ ਠੀਕ ਹੋ ਜਾਣਗੇ ਜ਼ਖਮ ਨਾਲੇ ਸੱਚ ਦਵਾਈ ਤੋਂ ਜ਼ਿਆਦਾ ਆਇਆ ਮੇਰੇ ਤਾਂ ਨਾ ਇੱਧਰ ਬਾਹਲਾ ਜ਼ਿਆਦਾ ਦਰਦ ਹੁੰਦਾ ਕੰਜਰ ਦੇ ਦਿਲ 'ਚ ਦਿਲ 'ਚ ਸੇਕ ਤਾਂ ਨਹੀਂ ਹੋ ਗਿਆ ਵੀ ਦਿਲ ਤਾਂ ਇੱਥੇ ਹੁੰਦਾ ਗਾ ਦਰਦ ਇੱਥੇ ਹੁੰਦਾ ਬੱਖੀ 'ਚ ਵੀ ਦਿਲ 'ਚ ਤਾਂ ਤੂੰ ਵੱਸਦਾ ਗਾ
ਨਾਲੇ ਜਿੱਥੇ ਤੂੰ ਵਸਦਾਂਗਾ ਉੱਥੇ ਦਰਦ ਕਿਵੇਂ ਹੋ ਜਾਊਗਾ? ਮੇਰਾ ਸਾਲਾ ਦਰਦ ਦੀ ਅਸੀਂ ਤੇ ਅਸੀਂ ਡਾਂਗ ਲੈ ਕੇ ਗੱਲ ਪੈ ਜੂ, ਦਰਦ ਦੇ ਦਿਲ 'ਚ ਦਰਦ ਹੋਊਗਾ। ਇੱਥੇ ਵੀ ਦਰਦ ਮਤਲਬ ਵੀ ਦਿਮਾਗ ਦੀਆਂ ਨਾੜਾਂ ਸੁੰਨ ਹੋ ਗਈਆਂ ਹੋਣੀਆਂ। ਵੀ ਦਿਮਾਗ ਨਾਲ ਕੀ ਕਨੈਕਸ਼ਨ ਆ ਹੁਣ? ਦਰਦ ਤਾਂ ਮੇਰੇ ਇੱਥੇ ਹੁੰਦਾ ਗਾ। ਇੱਥੇ ਕੀ ਹੁੰਦਾ? ਦਿਲ ਇੱਥੇ ਨਹੀਂ, ਦਿਮਾਗ ਇੱਥੇ ਨਹੀਂ, ਹੋਰ ਕੀ ਹੁੰਦਾ? ਮੈਨੂੰ ਨਾ ਇੰਝ ਸ਼ੱਕ ਲੱਗਦਾ ਜਿਵੇਂ ਪੱਥਰੀ ਦਾ ਦਰਦ ਨਾ ਹੋਵੇ ਮੇਰੇ। ਪੱਥਰੀ ਗੰਦਰ ਦੀ ਕਾਹਦੀ ਬਣ ਗਈ ਲੈ? ਫਿਰ ਦਵਾਈ ਕਿੱਥੋਂ ਲਿਆਵਾਂਗਾ ਟਾਹਣੇ ਤੋਂ? ਤੂੰ ਦੇਖ ਲੈ ਹੁਣ ਕਿੱਥੋਂ ਦਵਾ ਕੇ ਲਿਆਏਗਾ, ਮੈਂ ਤਾਂ ਤੇਰੇ ਨਾਲ ਜਾਣਾਗਾ। ਦਵਾਈ ਦਵਾਈ ਬੜੀ ਤਸੱਲੀ ਬਖਸ਼ ਡਾਕਟਰ ਦੇ ਲੈ ਕੇ ਜਾਊਂਗਾ ਤੈਨੂੰ ਮੈਂ, ਆਪਾਂ ਦੋਵੇਂ ਚੱਲਾਂਗੇ ਹੈ ਨਾ? ਚੱਲ ਠੀਕ ਆ, ਚੱਲੀਏਗਾ। ਤੇ ਮੇਰੇ ਮਣੀ ਤੇ ਸਾਈਕਲ ਤੇ ਲੈ ਜਾ, ਮੈਂ ਤਾਂ ਤੇਰੇ ਨਾਲ ਸਾਈਕਲ ਤੇ ਬੈਠਣ ਨੂੰ ਵੀ ਤਿਆਰ ਆ। ਤੂੰ ਲਿਜਾਣ ਵਾਲਾ ਬਣ। ਤੇ ਤੂੰ ਐ ਕਰ, ਤੂੰ ਤਾਂ ਇੱਕ ਘਰੇ ਪਹੁੰਚ, ਮੈਂ ਪਾਣੀ ਬਦਲਿਆ ਮੈਂ ਖੇਤ। ਜਾ ਛੇਤੀ ਜਾ, ਫਿਰ ਛੇਤੀ ਆ ਜੀ। ਚੰਗਾ ਸਕਰ ਪਰੇ। ਚੰਗਾ ਚੰਗਾ। ਬਸ ਸਾਰੇ ਕੰਮ ਪੂਰੇ ਹੋ ਜਾਣਗੇ। ਚੱਲਿਆ। ਹਾਂਜੀ ਬਾਬਾ ਜੀ। ਤਵੀਤ ਦੇ। ਲੈ ਬਾਈ ਇਹਨੂੰ ਐਂ ਕਰੀ, ਤੜਕੀ ਨਿਰਨੇ ਘਾਲ ਜੇ, ਲੈਟਰਿੰਗ 'ਚ ਡਿੱਗਣ ਇਹਨੂੰ ਆਪਦੇ ਸਿਰ ਉੱਤੋਂ ਦੀ ਵਾਰ ਕੇ 7 ਵਾਰੀ, ਠੀਕ ਹੈ? ਠੀਕ ਹੈ ਜੀ। ਹਾਂ ਹੋ ਜਾਣਗੇ ਸਾਰੇ ਕੰਮ। ਲੈ ਯਾਰ ਕਮਾਲ ਦੀ ਗੱਲ ਹੈ, ਬਾਬੇ ਨੇ ਬਚਨ ਕਰੇ ਨੇ, ਹੋਣਗੇ ਕਿਉਂ ਨਹੀਂ? ਤੈਨੂੰ ਬਾਬਿਆਂ ਦਾ ਯਕੀਨ ਨਹੀਂ? ਯਕੀਨ ਹੈ ਬਾਬਾ ਜੀ। ਕੋਈ ਗੱਲ ਨਹੀਂ ਬਾਬਾ ਜੀ, ਨਦਾਨ ਬੱਚਾ, ਮਾਫ਼ ਕਰ ਦਿਓ। ਚੱਲ ਜਾ ਮੱਥਾ ਟੇਕ ਕੇ ਵਗ ਜਾ। ਠੀਕ ਹੈ ਬਾਬਾ ਜੀ, ਅਗਲੇ ਸੋਮਵਾਰ ਆ ਜੀ ਦੁਬਾਰੇ। ਚੰਗਾ ਜੀ। ਜੈ ਹੋ ਬਾਬਾ ਜੀ ਦੀ, ਜੈ ਹੋ ਬਾਬਾ ਜੀ ਦੀ। ਬੋਲ ਬੱਚੀ। ਕੀ ਬੋਲਾਂ ਬਾਬਾ ਜੀ, ਮੈਂ ਤਾਂ ਬਾਹਲੀ ਦੁਖੀ ਹਾਂ ਅੱਜ, ਤਾਂ ਮੈਂ ਇੰਨੀ ਦੁਖੀ ਹੋਈ ਪਈ ਹਾਂ ਨਾ, ਮੇਰਾ ਤਾਂ ਜੀ ਕਰਦਾ ਮੈਂ ਕੁਛ ਖਾ ਕੇ ਮਰ ਜਾਂ, ਫਿਰ ਸੋਚਿਆ ਚੱਲ ਤੁਹਾਡੇ ਕੋਲ ਜਾਂਦੀ ਹਾਂ। ਬਸ ਸਾਨੂੰ ਕੁਛ ਵੀ ਦੱਸਣ ਦੀ ਲੋੜ ਨਹੀਂ, ਸਾਨੂੰ ਸਭ ਪਤਾ। ਬਾਬਾ ਜੀ ਮੈਂ ਤਾਂ ਇੰਨੀ ਦੁਖੀ ਹਾਂ ਨਾ, ਮੇਰਾ ਬੰਦਾ ਤਾਂ ਕਿਸੇ ਤੀਵੀਂ ਕੋਲ ਜਾਂਦਾ, ਮੈਂ ਤਾਂ ਇੰਨੀ ਦੁਖੀ ਹੋਈ ਪਈ ਹਾਂ, ਮੇਰੇ ਤਾਂ ਅੱਖ ਹੀ ਨਹੀਂ ਲੱਗਦਾ, ਮੈਂ ਤਾਂ ਚਾਹੇ 15 ਵਾਜਾਂ ਮਾਰ ਲਾਂ ਤਾਂ ਨਹੀਂ ਵੱਜ ਦਿੰਦਾ, ਅਤੇ ਜੇ ਮਰਜ਼ੀ ਬਾਹਰੋਂ ਕੋਈ ਵਾਜ ਆ ਜੇ ਤਾਂ ਉਰੇ ਉਹ ਕੁੱਕੂ ਕਿਹਾ ਜਾਂਦਾ। ਦੱਸੋ ਤੁਹਾਡੇ ਤੋਂ ਕੀ ਪੜਦਾ, ਕੀ ਓਹਲਾ ਤੁਹਾਡੇ ਤੋਂ? ਤੈਨੂੰ ਕਿਹਾ ਬਾਬਿਆਂ ਨੂੰ ਦੱਸਣ ਦੀ ਲੋੜ ਨਹੀਂ, ਤੂੰ ਫੇਰ ਬੋਲੀ ਜਾਣੀ ਹੈ। ਸਭ ਪਤਾ ਹੈ ਭਾਈ, ਬਾਬਿਆਂ ਨੂੰ ਸਾਰਾ ਪਤਾ, ਤੁਹਾਡੇ ਐਨ ਸਾਰੇ ਸ਼ੁਰੂ ਤੋਂ ਲੈ ਕੇ ਜਿੱਥੋਂ ਜਨਮ ਸ਼ੁਰੂ ਹੋਏ ਨੇ ਉੱਥੋਂ ਤੱਕ ਦਾ ਪਤਾ ਹੁੰਦਾ ਬਾਬਿਆਂ ਨੂੰ ਤਾਂ ਸਾਰਾ। ਇਹਦਾ ਬੰਦਾ ਤੀਵੀਂ ਰੱਖੀ ਫਿਰਦਾ। ਹਾਂ ਬਾਬਾ ਜੀ। ਲੰਮੇ ਕੱਦ ਦੀ? ਹਾਂਜੀ ਲੰਮੇ ਕੱਦ ਦੀ ਹੈ। ਪੂਰੇ ਬਾਲ ਨੇ ਉਹਦੇ? ਹਾਂਜੀ ਹਾਂਜੀ ਪੂਰੇ ਬਾਲ ਨੇ ਜੀ, ਸਹੀ ਕਿਹਾ ਤੁਸੀਂ। ਤੁਹਾਡੇ ਘਰੇ ਤਵੀਤ ਸਿੱਟੇ ਨੇ ਆਣੇ? ਹਾਏ ਹਾਏ ਜੀ, ਸਾਡੇ ਘਰ ਤਵੀਤ ਕਾਹਦੇ? ਤੇਰੇ ਤੇ ਮੱਚਦੀ ਆ ਉਹ। ਮੇਰੇ ਤੇ ਤਾਂ ਫਿਰ ਮੱਚੂ ਗਈ ਹੋ ਜੀ, ਵੈਸੇ ਮੈਂ ਤਾਂ ਉਹਦੇ ਨਾਲ ਕਦੇ ਲੜੀ ਵੀ ਨਹੀਂ ਜੀ, ਮੇਰੇ ਤਾਂ ਕਦੇ ਕੋਈ ਗੱਲ ਹੀ ਨਹੀਂ ਹੋਈ ਜੀ, ਮੈਂ ਤਾਂ ਸਾਰੇ ਪਿੰਡ ਦੇ ਵਿੱਚ ਐਂ ਸਾਰੇ ਕਹਿੰਦੇ ਨੇ ਵੀ ਕੁੜੀ ਕਿੰਨੀ ਚੰਗੀ ਆ, ਕੁੜੀ ਕਿੰਨੀ ਚੰਗੀ ਆ ਜੀ, ਮੈਂ ਤਾਂ ਪਰੇਸ਼ਾਨ ਹੋਈ ਪਈ ਹਾਂ। ਤੇਰੀ ਜ਼ੁਬਾਨ ਨੇ ਕੀਤਾ ਸਾਰਾ ਕੰਮ? ਮੈਂ ਤਾਂ ਕਦੇ ਵੱਧ ਘੱਟ ਹੀ ਨਹੀਂ ਬੋਲੀ ਜੀ। ਆਏ ਕਰ। ਹਾਂਜੀ। ਤਬੀਤ ਲੈ ਜਾ, ਉਦੋਂ ਬਾਅਦ ਬਾਬੇ ਆਪ ਆਉਣਗੇ ਘਰੇ। ਚਲੋ 7 ਬਚਨ ਜੀ, ਤੁਸੀਂ ਘਰੇ ਤਾਂ ਆ ਜਿਓ, ਪਰ ਉਹਦੇ ਤੇ ਤਬੀਤ ਕਿੱਥੇ ਅਸਰ ਕਰਦੇ ਆ ਜੀ, ਉਹ ਤਾਂ ਬਹੁਤ ਖਤਰਨਾਕ ਹੈ ਜੀ, ਉਹ ਤਾਂ ਮੇਰੀ ਸੁਣਦਾ ਨਹੀਂ, ਉਹ ਤਾਂ ਗੱਲ ਹੀ ਨਹੀਂ ਕੋਈ ਮੰਨਦਾ, ਤਬੀਤ ਉਹ ਕਿੱਥੇ ਮਤਲਬ ਲੱਗਣ ਦਊ? ਭਾਈ ਮੇਰੀ ਗੱਲ ਸੁਣ, ਤੂੰ ਕਿਉਂ ਨਹੀਂ ਅਸਰ ਕਰਨਗੇ ਤਬੀਤ,
ਬਾਬਿਆਂ ਨੇ ਤਵੀਤ ਦਿੱਤੇ ਨੇ, ਅਸਰ ਤਾਂ ਤੂੰ ਦੇਖੀ ਕਿਵੇਂ ਕਰਨਗੇ। ਤੂੰ ਜਾ ਕੇ ਇੱਕ ਵਾਰੀ ਤਵੀਤ ਤਾਂ ਦੇ, ਹੈਂ, ਬਾਅਦ 'ਚ ਬਾਬੇ ਆਪ ਆ ਕੇ ਘਰੇ ਦੇਖਦੀ, ਤੂੰ ਸਾਰਾ ਪਾ ਕਰਕੇ ਜਾਣਗੇ। ਉਹ ਤਾਂ ਚੱਲ ਠੀਕ ਆ ਜੀ, ਮੈਂ ਤਾਂ ਅੱਜ ਵੀ ਉਹ ਤੋਂ ਚੋਰੀਆਂ ਆਈਆਂ, ਅੱਜ ਇਹ ਕਿਤੇ ਉਹਨੂੰ ਪਤਾ ਲੱਗ ਜਾਂਦਾ ਮੈਂ ਬਾਬਾ ਜੀ ਦੀ ਆਈਆਂ, ਉਹ ਤਾਂ ਮੇਰਾ ਟੂਆ ਕੁੱਟ ਦਿੰਦਾ। ਬੱਚਾ, ਤੁਹਾਡੇ ਖੇਤ 'ਚ ਮੜੀ ਹੈ? ਹਾਂ ਬਾਬਾ ਜੀ, ਉਹ ਤਾਂ ਵੱਡ ਵਡੇਰਿਆਂ ਦੀ ਆ ਜੀ। ਤੂੰ ਵੱਡ ਵਡੇਰਿਆਂ ਦੀ ਸੇਵਾ ਨਹੀਂ ਕਰਦੀ? ਨਹੀਂ ਨਹੀਂ ਬਾਬਾ ਜੀ, ਮੈਂ ਤਾਂ ਇੰਨੀ ਸੇਵਾ ਕਰਦੀ ਹਾਂ ਜੀ, ਮੈਂ ਤਾਂ ਜਦੋਂ ਵੀ ਲੀੜਾ ਕੱਪੜਾ ਦੇਣਾ ਉਹ ਦਿੰਦੀ ਹਾਂ, ਜਦੋਂ ਵੀ ਕਹਿੰਦੇ ਹੁੰਦੇ ਆ ਆ ਰੋਟੀ ਵਗੈਰਾ ਦੇਣੀ ਹੁੰਦੀ ਆ ਉਹ ਵੀ ਦਿੰਦੀ ਹਾਂ ਜੀ। ਮੈਂ ਤਾਂ ਕਿਹੜੇ ਦਿਨ ਕਰਦੀ ਹੈ? ਮੈਂ ਤਾਂ ਜੀ ਪੁੰਨੇ ਵਾਲੇ ਦਿਨ ਕਰਦੀ ਹਾਂ ਜੀ। ਦਸਵੀਂ ਤੇ ਕਰਿਆ ਕਰ। ਅੱਛਾ, ਰੋਟੀ ਦਸਵੀਂ ਤੇ ਖਵਾਇਆ ਕਰਾਂ ਜੀ ਜਾਂ ਚੌਦੇ ਤੇ? ਠੀਕ ਆ ਜੀ, ਕੋਈ ਨਹੀਂ, ਚੌਦੇ ਤੇ ਖਵਾ ਦਿਆ ਕਰਾਂਗੇ ਜੀ। ਇੱਕ ਗੱਲ ਹੋਰ। ਹਾਂਜੀ, ਤੁਹਾਡੇ ਮਰਿਆ ਕੌਣ? ਮਰਿਆ ਜਵਾਨੀ ਪੈਰੇ ਕਿਸੇ ਦੀ ਮੌਤ ਹੋਈ ਹੈ? ਬਾਬਾ ਜੀ ਹੋਈ ਹੋਊਗੀ, ਪਰ ਮੈਨੂੰ ਤਾਂ ਮੇਰੇ ਘਰ ਵਾਲੇ ਨੇ ਕਦੇ ਦੱਸਿਆ ਨਹੀਂ ਜੀ, ਨਾ ਹੀ ਮੇਰੀ ਸੱਸ ਨੇ ਕਦੇ ਮੈਨੂੰ ਦੱਸਿਆ ਜੀ, ਇੱਥੋਂ ਬਾਰੇ ਮੈਨੂੰ ਪਤਾ ਨਹੀਂ ਜੀ ਇੰਨਾ। ਦੇਖੋ, ਉਹ ਆਪਣੇ ਦਰਵਾਜ਼ੇ 'ਚ ਖੜੇ। ਦਰਵਾਜ਼ੇ 'ਚ? ਇਹਦਾ ਮਤਲਬ ਮੇਰੇ ਨਾਲ ਆਇਆ ਜੀ? ਹਾਂ, ਇੱਥੇ ਤਾਂ ਉਹ ਪ੍ਰਵੇਸ਼ ਵੀ ਨਹੀਂ ਕਰ ਸਕਦਾ। ਅੱਛਾ, ਫਿਰ ਤਾਂ ਠੀਕ ਆ ਜੀ। ਬਾਬਿਆਂ ਦੇ ਹੁੰਦੇ ਨੀ ਭਾਈ ਉਰੇ ਅੰਦਰ ਆ ਸਕਦਾ, ਉਹ ਬਾਹਰੇ ਖੜ ਗਿਆ ਹੋਊਗਾ, ਬਾਹਰੇ ਗੇਟ 'ਚ ਖੜਾ, ਤੇਰੇ ਨਾਲ ਹੀ ਜਾਊਗਾ, ਤੇਰੇ ਨਾਲ ਹੀ ਆਇਆ, ਤੈਨੂੰ ਨੀ ਕੁਛ ਕਹਿੰਦਾ। ਬਾਬਿਆਂ ਦੇ ਹੁੰਦੇ ਜਮਾ ਪਰਵਾਹ ਨਾ ਮੰਨ। ਕਿਉਂ ਬਾਬਾ ਜੀ, ਮੈਂ ਤੈਨੂੰ ਕੋਈ ਸ਼ੱਕ ਹੈ? ਨਾ ਬਾਬਾ ਜੀ, ਮੈਨੂੰ ਤਾਂ ਕੋਈ ਸ਼ੱਕ ਨਹੀਂ, ਇਹਨੂੰ ਸ਼ੱਕ ਹੈ ਜੀ, ਇਹਨੂੰ ਕਹਿ ਦਿੱਤੀ ਮੈਂ ਭਾਈ ਤੂੰ ਬਾਬਿਆਂ ਨੂੰ ਗੁੱਸਾ ਨਾ ਦਵਾ, ਤੂੰ ਬਾਬੇ ਜੇ ਮੈਂ ਕਹਿੰਦਾ ਤੂੰ ਮੰਨੀ ਚੱਲ। ਮੈਂ ਤਾਂ ਮੰਨਦੀ ਸੇਵਾਦਾਰਾ ਤਵੀਤ ਦੇ। ਹਾਂਜੀ ਬਾਬਾ ਜੀ, ਤੇਰੇ ਨਾਲ ਆ ਲਓ ਬਾਬਾ ਜੀ, ਆਪਦੇ ਹੱਥਾਂ ਨਾਲ ਹੀ ਦੇ ਦਿਓ ਫੂਕ ਮਾਰ। ਲੈ ਜੀ ਬਾਬਾ ਜੀ, ਉਹਨੂੰ ਪਿਆ ਦੀ। ਠੀਕ ਆ ਬਾਬਾ ਜੀ, ਕੋਸ਼ਿਸ਼ ਕਰੂੰਗੀ ਮੈਂ, ਪਰ ਇੱਕ ਗੱਲ ਪੁੱਛਣੀ ਸੀ ਬਾਬਾ ਜੀ, ਮੈਂ ਗੁੱਸਾ ਨਾ ਕਰਿਓ, ਆ ਤੁਸੀਂ ਕਹਿੰਦੇ ਸੀਗੇ ਘਰ ਆਵਾਂਗੇ, ਅਤੇ ਪੈਸੇ ਪੂਸੇ ਕਿੰਨੇ ਕੁ ਲੱਗਣਗੇ ਜੀ? ਪੈਸੇ ਨਹੀਂ ਕਿਹਾ ਕਰਦੇ ਭਾਈ, ਸੇਵਾ ਕਿਹਾ ਕਰਦੇ ਨੇ। ਮੈਂ ਕਦੇ ਗਈ ਨਹੀਂ ਜੀ, ਮੈਨੂੰ ਪਤਾ ਨਹੀਂ ਜੀ, ਮਾਫ਼ ਕਰ ਦਿਓ। ਅਸੀਂ ਪੈਸੇ ਤੋਂ ਕਰਾਉਣਾ ਕੀ, ਅਸੀਂ ਤਾਂ ਸੇਵਾ ਕਰਦੇ ਹਾਂ। ਚਲੋ ਸੇਵਾ ਦੱਸ ਦਿਓ ਜੀ, ਕਿੰਨੀ ਕੁ ਲੱਗੂਗੀ, ਕਿਉਂਕਿ ਆਏ ਹਾਂ ਜੀ ਮੈਂ, ਕਿਹੜਾ ਘਰੇ ਪੈਸੇ ਅਸੀਂ ਰੱਖੀ ਬੈਠੇ ਜੀ, ਮੈਂ ਤਾਂ ਦੁੱਧ ਦੁੱਧ ਵੇਚਦੀ ਹਾਂ, ਉਹਨਾਂ ਤੋਂ ਲੈ ਕੇ ਮਾੜੇ ਮੋਟੇ ਆਪਦੇ ਹੱਥ ਬਸ ਕਰੋ। ਕੋਈ ਗੱਲ ਨਹੀਂ ਬਾਬਾ ਜੀ, ਦੱਸਿਓ ਮਾੜਾ ਜਿਹਾ ਇਹਨਾਂ ਦਾ ਕੰਮ ਕਿੰਨਾ ਕੁ ਤਕੜਾ, ਫਿਰ ਕਿਵੇਂ ਕਰਨਾ ਪੂ ਸਿਸਟਮ? 21,000 ਰੁਪਇਆ ਲੱਗੂ ਬਾਬਾ ਜੀ, ਕੁਛ ਵੱਧ ਘੱਟ ਨਹੀਂ ਹੋ ਸਕਦਾ, ਮੜ ਕੇ ਰਿਆਇਤ ਕਰ ਦਿਓ। ਵੱਧ ਘੱਟ ਕਰ ਲਓ, ਤੂੰ ਸਬਜ਼ੀ ਦਾ ਭਾਅ ਲੈਣੀ ਆ? ਦੇਖ ਭਾਈ, ਜੇ ਪਾ ਜੇ ਤਾਂ ਤੈਨੂੰ ਤੇਰਾ ਬੰਦਾ ਸਲਾਮਤ ਚਾਹੀਦਾ। ਚਾਹੀਦਾ ਜੀ, ਤੇਰੇ ਹੱਥ 'ਚ ਚਾਹੀਦਾ। ਹੱਥ 'ਚ ਚਾਹੀਦਾ ਜੀ, ਫੇਰ ਤੈਨੂੰ 21,000 ਦੇਣ 'ਚ ਕੀ ਇਤਰਾਜ਼ ਹੈ? ਚੱਲ ਕੋਈ ਗੱਲ ਨਹੀਂ ਜੀ, ਮੇਰਾ ਬੰਦਾ ਮੇਰੇ ਹੱਥ 'ਚ ਹੋ ਜੇ, ਮੈਂ ਤਾਂ ਕਹਿੰਦੀ ਹਾਂ ਸਾਰੀਆਂ ਤੀਵੀਆਂ ਦਾ ਖਹਿੜਾ ਛੱਡ ਦੇ, ਬਸ ਮੈਨੂੰ ਹੀ ਦੇਖੇ, ਮੈਨੂੰ ਹੀ ਦੇਖੇ। ਤੁਸੀਂ 21 ਦੀ ਥਾਂ ਤੇ 31 ਲੈ ਰਹੇ ਹੋ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਬਾਬਾ ਜੀ। ਬਸ ਪ੍ਰਵਾਹ ਨਾ ਕਰ ਭਾਈ, ਪ੍ਰਵਾਹ ਨਾ ਕਰ ਜਮੀ। ਬਾਬਾ ਜੀ ਜਾਣ ਦਿਓ, ਜਾਓ। ਜੈ ਹੋ ਬਾਬਾ ਜੀ ਦੀ, ਜੈ ਹੋ ਬਾਬਾ, ਜੈ ਹੋ ਬਾਬਾ ਜੀ, ਜੈ ਹੋ ਬਾਬਾ ਜੀ। ਬਾਬਾ ਜੀ ਮੈਂ ਇਹ ਪੁੱਛਦੀ ਸੀਗੀ ਵੀ ਕੱਲ੍ਹ ਤੁਸੀਂ ਕਿੰਨੇ ਕੁ ਟਾਈਮ ਨੂੰ ਆਓਗੇ, ਮੈਨੂੰ ਮਾੜਾ ਜਿਹਾ ਪਤਾ ਲੱਗ ਜਾਂਦਾ ਜੀ। ਤੇਰੇ ਮਨ 'ਚ ਸ਼ੰਕਾਵਾਂ ਬਹੁਤ ਨੇ। ਬਾਬਾ ਜੀ ਸ਼ੰਕਾਵਾਂ ਨਹੀਂ ਹੈਗੀਆਂ, ਇਹਦੀਆਂ ਮਸ਼ੂਕਾਂ ਹੀ ਬਹੁਤ ਨੇ, ਉਹ ਸਾਰਾ ਦਿਨ ਖਿਆਲ ਰੱਖਦੀਆਂ, ਕੋਈ ਕੋਠਾ ਤੇ ਕੰਧ ਤੇ ਬੈਠੀ ਹੁੰਦੀ। ਮੇਰੀ ਗੱਲ ਸੁਣ ਭਾਈ, ਤੂੰ ਬਾਬਿਆਂ ਨੂੰ ਗੁੱਸਾ ਨਾ ਦਵਾ, ਇੱਕ ਮਿੰਟ ਖੜ ਜਾ, ਮੈਂ ਤੈਨੂੰ ਨੰਬਰ ਲਿਖ ਕੇ ਦਿੰਦਾ। ਇਹ ਆ ਲੈ, ਆਹ ਨੰਬਰ ਲਿਖ ਕੇ ਦਿੰਦਾ ਮੈਂ ਤੈਨੂੰ। ਇੱਕ ਵਾਰੀ ਨਾ ਤੂੰ ਜਦੋਂ ਉੱਠੇਂਗੀ ਸਵੇਰੇ, ਹੈ ਨਾ, ਤੜਕ ਸੱਚ ਰੇ ਫੋਨ ਕਰ ਲਈ। ਚੱਲ ਬਾਬਾ ਜੀ,
ਇਹ ਮੈਂ ਪੁੱਛੂਗੀ ਵੀ ਕਦੋਂ ਕਹੂੰਗੀ। ਹਾਂ ਮੈਂ ਤੁਹਾਨੂੰ ਆਪੇ ਦੱਸ ਦੂੰਗਾ। ਬਾਬਾ ਜੀ ਇੱਕ ਦਿਲ ਦੀ ਗੱਲ ਕਹਿਣੀ ਸੀ, ਫੋਨ ਤਾਂ ਮੈਂ ਤੁਹਾਨੂੰ ਕਰ ਲੂੰ, ਮੇਰੇ ਫੋਨ ਤੇ ਦੁਬਾਰੇ ਫੋਨ ਨਾ ਕਰਿਓ। ਐਡਾ ਚੰਦਰਾ ਜੇ ਉਹਨੂੰ ਪਤਾ ਲੱਗ ਗਿਆ ਕਿਸੇ ਦਾ ਫੋਨ ਆਇਆ ਨਾ, ਮੇਰੇ ਤਾਂ ਗਿੱਟੇ ਦੇ ਉੱਪਰ ਨੂੰ ਹਸੀ ਭਾਈ। ਤੈਨੂੰ ਫੋਨ ਕਰਕੇ ਕੀ ਲੈਣਾ, ਮੈਨੂੰ ਫੋਨ ਨਾ ਕਰੋ, ਲੋੜ ਆ ਸਾਡੀ, ਸਾਨੂੰ ਥੋੜੀ ਤੇਰੀ ਲੋੜ ਆ ਭਾਈ। ਚਲ ਠੀਕ ਆ, ਜੈ ਹੋ ਬਾਬਾ ਜੀ ਦੀ, ਜੈ ਹੋ ਬਾਬਾ, ਜੈ ਬਾਬਾ, ਜੈ ਬਾਬਾ। ਆ ਜਾਓ ਭਾਈ ਅੱਗੇ, ਜਿਹਨੇ ਕਣਪਾ ਹੈ ਅੱਗੇ ਕਿਹੜਾ ਹੈ, ਹੈ ਮਸਾਂ ਤਾਂ ਗਏ ਨੇ। ਨਾ ਤੂੰ ਮੇਰੀ ਗੱਲ ਸੁਣ, ਮੈਂ ਤੇਰਾ ਮੂੰਹ ਮੂੰਹ ਕੁੱਟੂ। ਤੈਨੂੰ ਕਿੰਨੇ ਵਾਰੀ ਕਿਹਾ ਵੀ ਹੌਲੀ ਥੱਪੜ ਮਾਰ ਲਿਆ ਕਰ, ਹੌਲੀ ਥੱਪੜ ਮਾਰ ਲਿਆ ਕਰ, ਦਵਾ ਪਾਉਣ ਵਾਲਾ ਕਰਦੀਆਂ ਨੇ, ਹਲੇ ਤੱਕ ਉਹ ਲੜੀ ਜਾਂਦੀਆਂ ਨੇ ਮੇਰੇ ਕੀੜੀਆਂ ਹੀ ਆ ਢੂਹੀ ਤੇ। ਮਰ ਜਾਣਿਆ, ਇੱਕ ਤਾਂ ਮੇਰੇ ਘਰਦਿਆਂ ਨੇ ਤੇਰੇ ਲੜ ਲਾਤਾ, ਨਾ ਤੂੰ ਕੰਮ ਦਾ ਨਾ ਕਰਦਾ, ਹੈਂ ਤੈਨੂੰ ਨਾਲ ਤਾਂ ਦੋ ਰੁਪਈਏ ਬਣਾ ਕੇ ਦਿੰਦੀਆਂ, ਲੋਕ ਯਕੀਨ ਨਹੀਂ ਕਰਦੇ ਆ, ਤੇਰੀ ਸੜੀ ਵੀ ਬੋਥੀ ਭੇਕ ਕੇ ਤਾਂ ਜਮੀ ਨਹੀਂ ਕਰਦੇ। ਹਾਂ ਹਾਂ ਮੇਰੇ ਤੇ ਕਾਹਨੂੰ ਕਰਨਾ ਯਕੀਨ, ਜੇ ਮੇਰੇ ਨਾਲ ਵਿਆਹੀ ਆ ਤਾਂ ਹੀ ਆ, ਜਾ ਕੁਛ ਕਰਨ ਲੱਗ ਰਹੀ ਆ, ਠੀਕ ਹੈ ਨਾ, ਕਿਸੇ ਹੋਰ ਦੇ ਵਗ ਜਾਂਦੀ, ਅਗਲਾ ਕੋਈ ਨਹੀਂ ਕਰਨ ਦਿੰਦਾ ਤੀ। ਕਿੱਥੋਂ ਆਇਆ ਵੇ ਉਰੇ ਆ, ਤੈਨੂੰ ਪਤਾ ਵੀ ਮੈਂ ਘਰੇ ਹੈ ਨੀ ਗੀ, ਤੂੰ ਨਾਲ ਦੀ ਨਾਲ ਟਪੂਸੀ ਮਾਰ ਕੇ ਨੱਗ ਜਾਣਾ, ਸੁੱਖ ਨਾਲ ਪੁਰਨਿਆ ਹੋਇਆ ਘਰ ਹੈ, ਵੀ ਜੇ ਕੋਈ ਚੋਰ ਚੱਕੇ ਵੜ ਕੇ ਫੇਰ। ਤੂੰ ਕਮਾਲ ਕਰੀ ਜਾਂਦੇ, ਹੁਣ ਬੰਦੇ ਨੇ ਖੇਤ ਬੰਨੇ ਤਾਂ ਜਾਣਾ ਹੀ ਹੈ, ਇੱਕ ਲੁਕ ਲੁਕ ਕੇ ਜਾਣਾ ਪੈਂਦਾ ਜਿਵੇਂ ਬਲਾਤਕਾਰ ਕਰਤਾ ਹੋਵੇ। ਮੈਂ ਤਾਂ ਵੇ ਬਕਵਾਸ ਨਾ ਕਰਿਆ ਕਰ, ਜੇ ਤੇਰਾ ਮੂੰਹ ਨਹੀਂ ਚੱਜਦਾ ਗੱਲ ਚੱਜਦੀ ਕਰ ਲਿਆ ਕਰ, ਲੱਗਦਾ ਬਲਾਤਕਾਰ ਦਾ। ਨਾਲ ਮੇਰੀ ਗੱਲ ਸੁਣ ਬੇ ਉਰੇ, ਨੇੜੇ ਹੋ, ਨੇੜੇ ਹੋ, ਆਪਣੇ ਘਰੇ ਬਾਬਾ ਤੈਂ ਬੜੇਵੇਂ ਲੈਣੇ, ਜਦ ਮੈਂ ਤੈਨੂੰ ਇੱਕ ਵਾਰ ਕਹਿਤਾ ਕੀ ਲੈਣਾ ਬਾਬਾ। ਕੋਈ ਨੀ ਤੈਨੂੰ ਦੱਸ ਦੂੰਗੀ, ਦੱਸ ਦੂੰਗੀ। ਹੁਣ ਤੂੰ ਮੈਨੂੰ ਪਹਿਲਾਂ ਐਂ ਦੱਸ ਵੀ ਤੂੰ ਸੱਚੀ ਖੇਤ ਜਾ ਕੇ ਆਇਆ ਕਿ ਉਹ ਸੇਵਾ ਕਰਨ ਵਾ ਗਿਆ ਸੀ। ਸੇਵਾ ਕਰਨ ਨੂੰ ਮੈਂ ਪਾਲ ਖਰੋੜਾਂ, ਹੈ ਸਾਰਾ ਦਿਨ ਨਿੱਕੂ ਗੱਲ ਹੁੰਦੀ ਹੁੰਦੀ, ਬੰਦੇ ਤਾਂ ਬਣ ਕੇ ਕਰਕੇ, ਹੁਣ ਛੱਡੋ ਗੱਲ ਨੂੰ ਉਹਨਾਂ ਨੂੰ। ਬਈ ਮੈਂ ਤਾਂ ਬਥੇਰੀਆਂ ਛੱਡਦੀਆਂ, ਸੱਚੀ ਮੈਂ ਤਾਂ ਬਥੇਰੀਆਂ ਛੱਡਦੀਆਂ, ਪਰ ਮੈਨੂੰ ਨਾ ਤੂੰ ਛੱਡਣ ਨਹੀਂ ਦਿੰਦਾ, ਗੱਲਾਂ ਛੱਡਣ ਨਹੀਂ ਦਿੰਦਾ। ਤੂੰ ਨਾ ਜ਼ਖਮਾਂ ਦੇ ਉੱਤੇ ਨੂਣ ਭੋਗਦਾ, ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਬਥੇਰੀ ਵਾਰ ਸਮਝਾਇਆ ਵੀ ਤੂੰ ਮਾੜਾ ਜਾ ਨਾ ਬਾਜ਼ ਆ ਜਾ ਪੁੱਠੇ ਕੰਮਾਂ ਤੋਂ, ਚੰਗਾ ਰਹੇਗਾ ਫਿਰ ਕਹਿੰਦਾ ਮੇਰੇ ਮਾਰਦੀ ਆ। ਚੰਗਾ ਜਿਵੇਂ ਕਹੂੰਗੀ ਉਵੇਂ ਕਰ ਲੂੰ। ਆਹੋ ਬਸ ਮੈਂ ਤੈਨੂੰ ਦੱਸਤਾ, ਤੜਕੇ ਇਹ ਨਾ ਹੋਵੇ, ਨਿਕਲ ਜੇ ਘਰੇ ਰਹਿਣਾ, ਕਿਤੇ ਨਹੀਂ ਜਾਣਾ ਹੈਗਾ, ਬਸ ਠੀਕ ਹੈ। ਖੇਤ ਫਿਰ ਕੋਈ ਨਹੀਂ, ਖੇਤ ਕਿਤੇ ਤੇਰਾ ਹੁਣੀ ਨਹੀਂ ਹੋਇਆ ਪਿਆ, ਉਹ ਪੱਠੇ ਪਏ ਨੇ ਹਜੇ, ਪਏ ਨੇ ਸਰ ਜੂਗਾ ਜਦੋਂ ਆ ਕੇ ਵਾਗੇ ਨਾ, ਉਦੋਂ ਬਾਅਦ ਲਿਆਈ ਜਿੰਨੇ ਮਰਜ਼ੀ। ਇਹ ਔਰ ਕਰ ਕੀ ਰਹੀ ਹੈ, ਸਮਝੋ ਬਾਹਰ ਹੋ ਗਿਆ, ਇੱਕ ਗੰਜਰ ਦੀ ਉਹ ਹੈ ਮੇਰਾ ਸਕਰ ਪਾਰਾ, ਜੀ ਜੀ ਕਹਿਣਾ ਨਹੀਂ ਥੱਕਦਾ ਇੱਕ ਮੇਰੇ ਸਾਲੇ ਜੀ, ਇਹ ਕੀ ਕਰਦੀ ਨਹੀਂ ਥੱਕਦੀ, ਕੀ ਕਰਨ ਗਿਆ ਤੀ, ਕੀ ਕਰਦਾ ਕੀ ਕਰਦਾ ਲੈ ਦੱਸ, ਤੇਰੀ ਭੈਣ ਦਾ, ਤੇਰੀ ਦਾ ਪਰੌਂਠਾ, ਤੇਰੀ ਦਾ ਬੰਦਾ ਕੰਮ ਵੀ ਨਾ ਕਰੇ। ਚਾਰ ਮਿੰਟ ਗੱਲ ਸੁਣ ਬੇ, ਆ ਰਾਤ 'ਚ ਪੇੜਾ ਖਾ ਕੇ ਹਜੇ ਪਰੌਂਠੇ ਦਾ ਤੇਲ ਲੱਗਿਆ ਨਹੀਂ ਤੇਰੇ, ਹੈਂ ਜਦੋਂ ਜੀ ਕਰਦਾ ਪਰੌਂਠਾ ਪਰੌਂਠਾ ਪਰੌਂਠਾ, ਤੇਰੇ ਕੋਲ ਆਹੀ ਗੱਲ ਹੈ, ਕੋਈ ਚੱਜ ਦੀ ਗੱਲ ਕਰ ਲਿਆ ਕਰ,
ਕਰ ਲਿਆ ਕਰ ਹੜੇ ਚੱਜ ਦੀ ਗੱਲ ਆਹ ਪਿੰਡ ਦੇ ਬੰਦੇ ਦੇਖ ਲੈ ਹੈਂ ਮੈਨੂੰ ਆਉਂਦੀ ਜਾਂਦੀ ਨੂੰ ਪੁੱਛਦੇ ਨੇ ਆਖੇ ਤੇਰਾ ਬੰਦਾ ਸਿਆਣਾ ਗਾ ਮੈਂ ਉਹਨਾਂ ਨੂੰ ਕੀ ਦੱਸਾਂ ਮੈਂ ਉਹਨਾਂ ਨੂੰ ਕੀ ਦੱਸਾਂ ਤੇਰੇ ਬਾਰੇ ਮੈਂ ਤਾਂ ਗੀਤ ਲਿਖਦਾ ਸੀ ਮਨੀ ਸ਼ੇਰੋ ਵਾਂਗੂ ਮਤਲਬ ਟੱਪ ਟੱਪ ਜੋੜ ਕੇ ਦੇਖਦਾ ਸੀ ਵੀ ਪੈਂਦਾ ਪਰੌਂਠਾ ਤੂੰ ਰਹਿਣ ਤੇ ਥੱਲੇ ਆ ਜਾ ਥੱਲੇ ਆ ਜਾ ਉਹ ਤਾਂ ਮੈਨੂੰ ਹੀ ਸੀਗਾ ਜਿਹਦੇ ਗਾਣੇ ਲਿਖ ਲਏ ਤੇਰੇ ਬਸ ਦਾ ਰੋਗ ਨਹੀਂ ਤੂੰ ਘਰ ਸਾਂਭ ਲੈ ਸਾਂਭ ਲੈ ਛੱਡ ਦੇ ਲੋਕਾਂ ਦੀ ਸੇਵਾ ਕਰਨੀ ਬਸ ਸਾਂਭਣ ਨੂੰ ਮੈਂ ਰੰਗ ਕਰਦਾ ਆਹ ਤੂੰ ਕਿੱਥੇ ਰੰਗ ਕਰਨ ਵਾਲਾ ਤੂੰ ਤਾਂ ਲੋਕਾਂ ਦੇ ਕੋਲੇ ਰੰਗ ਦਾ ਫਿਰਦਾ ਤੈਨੂੰ ਕੀ ਲੋੜ ਆਪਦੇ ਘਰੇ ਰੰਗ ਕਰਨ ਦੀ ਰੋਟੀ ਖਵਾ ਦੇ ਰੋਟੀ ਖਾ ਲਾ ਨਹੀਂ ਚਪੜਾ ਨਾ ਖਾ ਲਈ ਮੈਂ ਤੈਨੂੰ ਦੱਸਦਾ ਆ ਜਾ ਅੰਦਰ ਚੱਲ ਅੰਦਰ ਚੱਲ ਤੇਰਾ ਕੋਈ ਪਤਾ ਨਹੀਂ ਚੱਲ ਖਾ ਰੋਟੀ ਜਾ ਕੇ ਚੱਲ ਚੱਲ ਤੁਰ ਬੇ ਆ ਜਾ ਨਾ ਕੀ ਗੱਲ ਟੁੱਟੇ ਹੋਏ ਆ ਤੇਰੇ ਗੁੱਟ ਬੇ ਇਹਨਾਂ ਨੂੰ ਚੱਜ ਨਾ ਚੱਕ ਲਾ ਧੋਤੀਆਂ ਹੋਈਆਂ ਨੇ ਦਰੀਆਂ ਨਾਲੇ ਜੁੱਤੀ ਲਾ ਦੇ ਪਾਸੇ ਬਾਬਾ ਜੀ ਹੁਣਿਆਂ ਨੇ ਆਉਣਾ ਜੁੱਤੀ ਨਹੀਂ ਪਾਈਦੀ ਹੁੰਦੀ ਜੁੱਤੀ ਤੇ ਕਿਹੜਾ ਗੂੰ ਲੱਗ ਰਿਹਾ ਬੇ ਮੈਂ ਤੈਨੂੰ ਕਦੋਂ ਆਖਿਆ ਵੀ ਕੁਛ ਲੱਗ ਰਿਹਾ ਜੁੱਤੀ ਨਹੀਂ ਪਾਈਦੀ ਹੁੰਦੀ ਇਹਨੂੰ ਪਛਾ ਤਾ ਪਤਾ ਬੱਚਾ ਲਾ ਜਾ ਪਛਾ ਦੇ ਪਛਾ ਦੇ ਪਛਾ ਦੇ ਬੇ ਇੱਥੇ ਨਹੀਂ ਪਲੇਖ ਪੈਣਿਆ ਇੱਥੇ ਨਹੀਂ ਬੇ ਥੱਲੇ ਕਿਹਾ ਬੈਠਣ ਵਾਸਤੇ ਥੱਲੇ ਕਿਹਾ ਤੈਨੂੰ ਮੈਂ ਹੋਰ ਪੁੱਠਾ ਹੀ ਕੰਮ ਕਰਦਾ ਸੱਚੀ ਤੂੰ ਆਏ ਕਰ ਉਹ ਗੜਬੀ ਲਿਆ ਪਾਣੀ ਦੀ ਮਾੜਾ ਜਿਹਾ ਮਾਰ ਛੱਟਾ ਚੱਲ 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 ਹੋਰ ਦਬਾ ਦਬਾ ਜਾ ਆ ਜਾ ਆ ਜਾ ਉੱਥੇ ਬੇ ਇੱਥੇ ਕਾਹਨੂੰ ਆਖਿਆ ਵੀ ਇੱਥੇ ਆਖਿਆ ਮਰ ਜਾ ਰੇਤਾ ਜਾਣ ਕਿਤੇ ਹੋਵੇ ਹੋਰ ਮਾਰਦੇ ਛੱਟਾ ਇਹ ਤਾਂ ਐਂ ਲੱਗਦਾ ਜਿਵੇਂ ਮੈਨੂੰ ਫੂਕੜ ਦੀਆਂ ਤਿਆਰੀਆਂ ਕਰੀ ਜਾਂਦਾ ਉਹਦੀ ਪ੍ਰੈਕਟਿਸ ਕਰਦਾ ਤੂੰ ਹਾੜੇ ਰਹਿਣ ਦੇ ਦੇ ਗੜਬੀ ਦੇ ਆ ਜਾ ਬਸ ਰਹਿਣ ਦੇ ਮੇਰੀ ਗੱਲ ਸੁਣ ਲੈ ਬਸ ਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਤੂੰ ਮੈਨੂੰ ਰੋਕੇਗਾ ਆਏ ਨਹੀਂ ਰੁਕਦੀ ਮੈਂ ਬਾਬਾ ਜੀ ਮੂਹਰੇ ਬਹੁਤਾ ਨਾ ਬੋਲੀ ਪੈਰੀ ਹੱਥ ਲਾ ਦੇ ਲੈ ਆ ਜਾ ਜੈ ਹੋ ਬਾਬਾ ਜੀ ਦੀ ਜੈ ਹੋ ਬਾਬਾ ਜੀ ਦੀ ਜੈ ਹੋ ਤੂੰ ਸਾਨੂੰ ਕਿਵੇਂ ਰੋਕੇਗਾ ਜਾ ਸੇਵਕਾ ਢੋਲ ਦੇ ਪਿੱਛੇ ਜਾ ਹਾਂਜੀ ਬਾਬਾ ਜੀ ਉੱਥੇ ਕੋਈ ਸ਼ਾ ਜਾਨਾ ਬਾਬਾ ਜੀ ਆ ਜਾ ਚੱਲੀਏ ਮੜਾ ਤੈਨੂੰ ਭੇਜਦਾ ਤੇਰੇ ਘਰ ਦਾ ਨਾ ਚਾ ਬਾਬਾ ਜੀ ਇਹ ਘਰ ਆ ਸਾਡਾ ਤੇ ਇਹ ਮੇਰਾ ਬੰਦਾ ਬਾਬਾ ਜੀ ਇਹ ਬੰਦਾ ਜੀ ਮੇਰਾ ਇਹਦੇ ਕਰਕੇ ਗਈ ਸੀ ਤੁਹਾਡੇ ਕੋਲੇ ਤਰ ਕੀਤੀਆਂ ਜਗ੍ਹਾ ਨੱਚਦਾ ਫਿਰਦਾ ਇੱਥੇ ਬੈਠ ਬੈਠ ਇੱਥੇ ਬਾਬਾ ਜੀ ਕੋਲ ਬੈਠ 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 ਸ਼ਾਬਾਸ਼ ਦਰੀ ਤੇ ਹੋ ਜਾ ਦਰੀ ਤੇ ਹੋ ਜਾ ਆ ਕੰਜਰ ਦਾ ਪਹਿਲੀ ਡਰਿਆ ਬੈਠਾ ਹੈ ਆਉਣ ਸਾਰੀ ਮਰੀ ਗੱਟਿਆਂ ਚ ਲੋਕ 5 ਮਿੰਟਾਂ ਚ ਡਰ ਕੇ ਹੁਣ ਬਾਸ਼ ਜਾ ਓ ਹੋ ਇੰਨੇ ਤਵੀ ਤੇ ਲੈ ਨਾ ਦੇ ਕੋ ਬਾਬਾ ਜੀ ਜਲ ਚਕਾਈਏ ਕਿ ਚਾਹ ਪੀਓਗੇ ਜੀ ਨਹੀਂ ਹਾਲੇ ਇਸ ਘਰ ਦਾ ਅਸੀਂ ਕੁਛ ਨਹੀਂ ਛੱਕ ਸਕਦੇ ਠੀਕ ਹੈ ਬਾਬਾ ਜੀ ਠੀਕ ਹੈ ਜੀ ਨਿਗਾਹ ਮਾਰੋ ਬਾਬਾ ਜੀ
ਟੀਕਾ ਮਾਰੋ, ਬਾਲੇ ਔਖੀ ਆ ਮੈਂ ਤਾਂ। ਬਾਬਾ ਜੀ, ਬਾਬਾ ਜੀ, ਇਹਨਾਂ ਦੇ ਘਰੋਂ ਆਹ ਤਬੀਤ ਮਿਲੇ ਨੇ। ਤੈਨੂੰ ਕਿਹਾ ਸੀ ਨਾ।